ਕਨੈਕਟ نیوز ਰੂਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਧਾਵਾ ਭਾਰਤ ਦੀ ਸਿਖਰਲੀ ਅਦਾਲਤ ਜਾਂ ਸੁਪਰੀਮ ਕੋਰਟ ਆਫ ਇੰਡੀਆ ਜਦੋਂ ਤੋਂ ਸੁਪਰੀਮ ਕੋਰਟ ਨੇ ਸਟੇਟ ਬੈਂਕ ਆਫ ਇੰਡੀਆ ਨੂੰ ਝਾੜ ਪਾਈ ਆ ਇਹਨਾਂ ਦੀ ਖਚਾਈ ਕੀਤੀ ਆ ਪੁਲ ਅਪ ਕੀਤਾ ਇਹਨਾਂ ਨੂੰ ਕਿ ਤੁਸੀਂ ਬਚ ਨਹੀਂ ਸਕਦੇ ਜੇ ਤੁਸੀਂ ਇਲੈਕਟੋਰਲ ਬਾਂਡਸ ਦੇ ਸਬੰਧਿਤ ਇਸ ਨਾਲ ਸੰਬੰਧਿਤ ਜਾਣਕਾਰੀ ਸਾਡੇ ਤੱਕ ਨਾ ਲੈ ਕੇ ਆਂਦੀ ਜਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਨਾ ਦਿੱਤੀ ਤਾਂ ਫੇਰ ਅਸੀਂ ਸਮਝਾਂਗੇ ਤੁਸੀਂ ਸਾਡੇ ਹੁਕਮਾਂ ਦੀ ਇੱਕ ਤਰ੍ਹਾਂ ਦੀ ਤੋਹੀਨ ਕਰ ਰਹੇ ਹੋ ਉਹਨਾਂ ਹੁਕਮਾਂ ਦੀ ਅਦੁੱਲੀ ਕਰ ਰਹੇ ਹੋ ਯਾਨੀ ਸਾਡੇ ਹੁਕਮਾਂ ਨੂੰ ਨਹੀਂ ਮੰਨ ਰਹੇ ਤੇ ਆਖਿਰਕਾਰ ਬੀਤੇ ਕੱਲ ਸ਼ਾਮ ਨੂੰ 5 ਵਜੇ ਤੱਕ ਸਟੇਟ ਬੈਂਕ ਆਫ ਇੰਡੀਆ ਤੀਰਵੰਗੂ ਸਿੱਧਾ ਹੋ ਕੇ ਸਾਰੇ ਦੀ ਸਾਰੀ ਜਾਣਕਾਰੀ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਦੇ ਆਇਆ ਔਰ ਉਹਨੂੰ ਵੀ ਲੱਗਾ ਹੋਣਾ ਕਿ ਬੜੀ ਵੱਡੀ ਰਾਹਤ ਦੀ ਗੱਲ ਆ ਪਰ ਕੀ ਤੁਹਾਨੂੰ ਪਤਾ ਕਿ ਹਜੇ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਵੱਖਰੇ ਵੱਖਰੇ ਚੈਨਲਸ ਦੇ ਥਰੂ ਵੱਖਰੇ ਵੱਖਰੇ ਜ਼ਰੀਏ ਅਪਣਾਏ ਜਾ ਰਹੇ ਨੇ ਕਿ ਕਿਸੇ ਤਰ੍ਹਾਂ ਇਹ ਜਾਣਕਾਰੀ ਲੋਕਾਂ ਤੱਕ ਨਾ ਪਹੁੰਚੇ ਲੋਕਾਂ ਨੂੰ ਇਹ ਪਤਾ ਨਾ ਲੱਗ ਜੇ ਕਿ ਕਿਹੜੇ ਵਪਾਰੀ ਨੇ ਕਿਹੜੇ ਅਦਾਰੇ ਨੇ ਕਿਹੜੇ ਕਾਰਪੋਰੇਟ ਘਰਾਣੇ ਨੇ ਕਿਸ ਵੱਡੀ ਕੰਪਨੀ ਨੇ ਪੋਲੀਟੀਕਲ ਪਾਰਟੀ ਨੂੰ ਔਰ ਕਿਸ ਪੋਲੀਟੀਕਲ ਪਾਰਟੀ ਨੂੰ ਕਿੰਨੀ ਡੋਨੇਸ਼ਨ ਦਿੱਤੀ ਆ ਕਿੰਨਾ ਚੰਦਾ ਦਿੱਤਾ ਇਹ ਲੋਕਾਂ ਤੱਕ ਗੱਲ ਨਾ ਪਹੁੰਚੇ ਇਸ ਗੱਲ ਦੀ ਹਜੇ ਵੀ ਭਾਰਤ ਸਰਕਾਰ ਕਹ ਲੋ ਯਾ ਕੇਂਦਰ ਦੀ ਸਰਕਾਰ ਕਹਿ ਲਓ ਇਸ ਨੂੰ ਬੜੀ ਫਿਕਰ ਲੱਗ ਰਹੀ ਆ ਕਿਉਂਕਿ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ ਗਈ ਆ ਔਰ ਉਹ ਵੀ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੱਲੋਂ ਕਿ ਤੁਸੀਂ ਸੁਪਰੀਮ ਕੋਰਟ ਦਾ ਜੋ ਆਰਡਰ ਆਇਆ ਇਲੈਕਟੋਰਲ ਬੌਂਡਸ ਦੇ ਸਬੰਧ ਦੇ ਵਿੱਚ ਇਸ ਦਾ ਤੁਸੀਂ ਰਿਵਿਊ ਕਰੋ ਜਾਂ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕ ਲਓ ਇਹ ਸਾਰੀ ਕਹਾਣੀ ਮੈਂ ਤੁਹਾਨੂੰ ਦੱਸੂਗਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਾਂ ਇਹਨਾਂ ਦੇ ਪ੍ਰਧਾਨ ਮੰਤਰੀ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿੰਦੇ ਹੁੰਦੇ ਸੀ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਿ ਅਸੀਂ ਸਵਿਟਜ਼ਰਲੈਂਡ ਦੇ ਬੈਂਕਾਂ 'ਚ ਜਾਵਾਂਗੇ ਜਾਂ ਆਪਣੀ ਕਾਰਵਾਈ ਕਰਾਂਗੇ ਔਰ ਜਿਹੜੇ ਲੋਕਾਂ ਨੇ ਉੱਥੇ ਕਾਲਾ ਧਨ ਰੱਖਿਆ ਬਲੈਕ ਮਨੀ ਰੱਖਿਆ ਨਾ ਕੇਵਲ ਉਹ ਧਨ ਇੱਥੇ ਵਾਪਸ ਇੰਡੀਆ ਦੇ ਵਿੱਚ ਲੈ ਕੇ ਆਵਾਂਗੇ ਬਲਕਿ ਉਹਨਾਂ 'ਤੇ ਕਾਰਵਾਈ ਕਰਾਂਗੇ ਪਰ ਹੁਣ ਤਾਂ ਲੱਗਦਾ ਇਹ ਸਟੇਟ ਬੈਂਕ ਆਫ ਇੰਡੀਆ ਤਾਂ ਆਪਣੇ ਭਾਰਤ ਦਾ ਹੀ ਹੈ ਜੇ ਇੱਥੋਂ ਦੇ ਤੁਸੀਂ ਨਾਮ ਉਜਾਗਰ ਨਹੀਂ ਕਰਨਾ ਦੇਣਾ ਚਾਹੁੰਦੇ ਜਾਂ ਤੁਸੀਂ ਇਸ ਤੇ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਲਾਉਣਾ ਚਾਹੁੰਦੇ ਹੋ ਜਾਂ ਰੋਕਾ ਲਾਉਣਾ ਚਾਹੁੰਦੇ ਹੋ ਤੇ ਫਿਰ ਇਸੇ ਕਰਕੇ ਲੋਕਾਂ ਨੂੰ ਸ਼ੱਕ ਹੁੰਦਾ ਕਿ ਸਵਿਟਜ਼ਰਲੈਂਡ ਤੋਂ ਤੁਸੀਂ ਕਿਸ ਤਰ੍ਹਾਂ ਕਾਲਾ ਧਨ ਲੈ ਆਉਂਗੇ ਜਾਂ ਉਹਨਾਂ ਲੋਕਾਂ ਦੇ ਨਾਮ ਉਜਾਗਰ ਕਰ ਦੋਗੇ ਇਸ ਸਾਰੇ ਮਾਮਲੇ ਨੂੰ ਤਫਸੀਲ ਦੇ ਨਾਲ ਸਮਝਦੇ ਆਂ ਤੇ ਅਗਲੀ ਗੱਲ ਕਰਾਂਗੇ ਕਿ ਘਟੋ-ਘਟ ਕੋਈ ਪਾਰਟੀ ਦਾ ਨੇਤਾ ਖਾਸ ਤੌਰ ਤੇ ਵਿਰੋਧੀ ਪਾਰਟੀ ਦੇ ਨੇਤਾ ਬੋਲਿਆ ਤਾਂ ਸਹੀ ਪ੍ਰੇਮ ਸਿੰਘ ਚੰਦੂ ਮਾਜਰਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਤੇ ਅੱਜ ਪਹਿਲੀ ਵਾਰੀ ਉਹਨਾਂ ਨੇ ਕਿਹਾ ਕਿ ਜਿਹੜੀ ਗੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਕਹੀ ਗਈ ਸੀ ਸੱਤਾਧਾਰੀ ਪਾਰਟੀ ਦੇ ਐਮ ਐਲ ਏਜ਼ ਵੱਲੋਂ ਕਿ ਅਸੀਂ ਪੋਸਟ ਦੀ ਡੋਡਿਆਂ ਦੀ ਜਾਂ ਫੀਮ ਦੀ ਖੇਤੀ ਕਰੀਏ ਨਿੰਦਣਯੋਗਾ ਔਰ ਬਹੁਤ ਮੰਦ ਭਾਗੀ ਆ ਇਸ ਉੱਤੇ ਵੀ ਗੱਲ ਕਰਾਂਗੇ ਤੇ ਅਗਲੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਕੱਲ ਸੁਖਬੀਰ ਸਿੰਘ ਬਾਦਲ ਬੇਗੋਵਾਲ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜਿਹੜੇ ਪਿਛਲੇ ਕੁਝ ਸਮੇਂ ਦੇ ਦੌਰਾਨ ਜਿਨ੍ਹਾਂ ਦੇ ਵਿਖਰੇਵੇਂ ਹੋ ਗਏ ਸੀ ਪਾਰਟੀ ਦੇ ਨਾਲ ਨਾਰਾਜ਼ਗੀ ਹੋ ਗਈ ਸੀ ਜਾਂ ਪਾਰਟੀ ਨੇ ਉਹਨਾਂ ਨੂੰ ਬਾਹਰ ਦਾ ਰਾਹ ਦਿਖਾਤਾ ਸੀ ਉਹਨਾਂ ਨੂੰ ਵਾਪਸ ਲੈ ਕੇ ਆਉਣ ਦੀ ਇੱਕ ਕੋਸ਼ਿਸ਼ ਹੋ ਰਹੀ ਹੈ ਬਲਕਿ ਉਹਨਾਂ ਦੀ ਕੱਲ ਘਰ ਵਾਪਸੀ ਹੋ ਜੇਗੀ ਕੀ ਕੇਵਲ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਇਹਨਾਂ ਦੇ ਨਾਰਾਜ਼ ਲੀਡਰਸ ਨੂੰ ਵਾਪਸ ਲੈ ਕੇ ਆ ਰਹੇ ਆ ਉਹਦੇ ਨਾਲ ਇਹਨਾਂ ਦਾ ਉਭਾਰ ਹੋ ਜੂਗਾ ਜਾਂ ਕੇਵਲ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੋੜ ਕਰਨ ਨਾਲ ਇਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਹੋ ਜੂਗਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਸ ਗੱਲ ਨੂੰ ਵੀ ਸਮਝਾਂਗੇ ਤੇ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਕਿਸ ਤਰ੍ਹਾਂ ਗੁਜਰਾਤ ਮਾਡਲ ਲਾਗੂ ਕਰ ਦਿੱਤਾ ਗਿਆ ਇਹ ਵੀ ਅੱਜ ਮੈਂ ਤੁਹਾਨੂੰ ਦੱਸੂਗਾ ਔਰ ਤੁਹਾਨੂੰ ਫਿਰ ਸਾਰਿਆਂ ਨੂੰ ਅੱਜ ਅਪੀਲ ਕਿ ਤੁਸੀਂ ਸਾਡੇ ਇਸ ਕਨੈਕਟ ਅ ਨਿਊਜ਼ ਰੂਮ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਔਰ ਇਸ ਨੂੰ ਲਾਈਕ ਵੀ ਕਰੋ ਤਾਂਕਿ ਸਾਨੂੰ ਇਸੇ ਤਰ੍ਹਾਂ ਤੁਹਾਡੀ ਹੌਸਲਾ ਅਫਜ਼ਾਈ ਮਿਲਦੀ ਰਹੇ ਪੋਲੀਟੀਕਲ ਪਾਰਟੀਆਂ ਨੂੰ ਕਿਸ ਵਪਾਰੀ ਨੇ ਕਿਸ ਵੱਡੇ ਘਰਾਣੇ ਨੇ ਕਿਸ ਕੰਪਨੀ ਨੇ ਕਿੰਨਾ ਚੰਦਾ ਦਿੱਤਾ ਕਿੰਨੇ ਪੈਸੇ ਦਿੱਤੇ ਇਲੈਕਟੋਰਲ ਬੌਂਡਸ ਦੀ ਸ਼ੇਪ ਦੇ ਵਿੱਚ ਉਸ ਜਾਣਕਾਰੀ ਨੂੰ ਤੁਹਾਡੇ ਤੱਕ ਨਾ ਸਾਂਝਾ ਕੀਤਾ ਜਾਵੇ ਇਹ ਜਾਣਕਾਰੀ ਤੁਹਾਡੇ ਤੱਕ ਨਾ ਪਹੁੰਚੇ ਤੇ ਇਹਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਸਭ ਤੋਂ ਪਹਿਲੀ ਮੈਂ ਕੋਸ਼ਿਸ਼ ਤੁਹਾਨੂੰ ਇਹ ਦੱਸ ਦਿੰਦਾ ਸੁਪਰੀਮ ਕੋਰਟ ਦੀ ਇੱਕ ਬਾਰ ਐਸੋਸੀਏਸ਼ਨ ਆ ਲਾਇਰਸ ਦੀ ਜਾਂ ਐਡਵੋਕੇਟਸ ਦੀ ਵਕੀਲਾਂ ਦੀ ਇਹ ਬਾਡੀ ਆ ਔਰ ਇਸ ਦੇ ਪ੍ਰੈਜ਼ੀਡੈਂਟ ਨੇ ਆਦੀਸ਼ ਸੀ ਅਗਰਵਾਲ ਇਸੇ ਤਰ੍ਹਾਂ 올 ਇੰਡੀਆ ਬਾਰ ਐਸੋਸੀਏਸ਼ਨ ਵੀ ਆ ਇਹ ਵੀ ਵਕੀਲਾਂ ਦੀ ਹੀ ਇੱਕ ਬਾਡੀ ਆ ਵਕੀਲਾਂ ਦੀ ਸੰਸਥਾ ਔਰ ਇਸ ਦੇ ਚੇਅਰਮੈਨ ਵੀ ਆਦੀਸ਼ ਸੀ ਅਗਰਵਾਲ ਨੇ ਔਰ ਬੀਤੇ ਕੱਲ ਇਹਨਾਂ ਨੇ ਭਾਰਤ ਦੇ ਪ੍ਰੈਜ਼ੀਡੈਂਟ ਜਾਂ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਇੱਕ ਚਿੱਠੀ ਲਿਖੀ ਚਿੱਠੀ ਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਇਸ ਚਿੱਠੀ ਦਾ ਲਬੋ ਲਬਾਵ ਕਿ ਇਹ ਕਹਿੰਦਾ ਕੀ ਆ ਜੋ ਇਹਨਾਂ ਨੇ ਉਹਦੇ ਵਿੱਚ ਅਪੀਲ ਕੀਤੀ ਹੈ ਰਿਕੁਐਸਟ ਕੀਤੀ ਆ ਇਹਨਾਂ ਨੇ ਭਾਰਤ ਦੇ ਪ੍ਰੈਜ਼ੀਡੈਂਟ ਨੂੰ ਇਹ ਕਿਹਾ ਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਇਲੈਕਟੋਰਲ ਬਾਂਡਸ ਨੂੰ ਲੈ ਕੇ ਔਰ ਜਿਸ ਤਰ੍ਹਾਂ ਦੀ ਉਹਨਾਂ ਨੇ ਜਾਣਕਾਰੀ ਮੰਗੀ ਆ ਔਰ ਸਟੇਟ ਬੈਂਕ ਆਫ ਇੰਡੀਆ ਨੂੰ ਇਹ ਗੱਲ ਕਹੀ ਆ ਕਿ ਤੁਸੀਂ ਸਾਨੂੰ ਜਾਣਕਾਰੀ ਦਿਓ ਔਰ ਇਸ ਤੋਂ ਬਾਅਦ 15 ਮਾਰਚ ਤੱਕ ਉਹ ਸਾਰੀ ਦੀ ਸਾਰੀ ਜਾਣਕਾਰੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਤੇ ਹੋਣੀ ਚਾਹੀਦੀ ਹੈ ਯਾਨੀ ਕਿ ਜਨਤਕ ਹੋਣੀ ਚਾਹੀਦੀ ਹੈ ਸੋ ਇਹ ਜਿਹੜੇ ਅਦੀਸ਼ ਸੀ ਅਗਰਵਾਲ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਆ ਤੇ ਚੇਅਰਮੈਨ ਵੀ ਆ 올 ਇੰਡੀਆ ਬਾਰ ਐਸੋਸੀਏਸ਼ਨ ਦੇ ਇਹਨਾਂ ਨੇ ਕੇਵਲ ਇਹ ਰਿਕਵੈਸਟ ਕੀਤੀ ਹੈ ਕਿ ਇਹ ਜਾਣਕਾਰੀ ਨਾ ਜਾਵੇ ਤਾਂ ਚੰਗੀ ਗੱਲ ਆ ਇਹ ਕਹਿੰਦੇ ਜਦੋਂ ਇਹ ਕਾਨੂੰਨ ਬਣਿਆ ਸੀ ਸਾਲ 2019 ਦੇ ਵਿੱਚ ਬਲਕਿ ਇਹ ਬਣ ਗਿਆ ਸੀ ਸਾਲ 2018 ਦੇ ਵਿੱਚ ਔਰ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਵਿੱਚ ਅਰुण ਜੇਤਲੀ ਮਰਹੂਮ ਅਰਣ ਜਿਤਲੇ ਜਿਹੜੇ ਭਾਰਤ ਦੇ ਡਿਫੈਂਸ ਮਿਨਿਸਟਰ ਵੀ ਰਹੇ ਆ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਫਾਈਨੈਂਸ ਮਿਨਿਸਟਰ ਵੀ ਰਹੇ ਆ ਤੇ ਜਦੋਂ ਇਹ ਹੁੰਦੇ ਸੀ ਤੇ ਇਹਨਾਂ ਕਰਕੇ ਹੀ ਇਹ ਨਵੀਂ ਸਕੀਮ ਬਣਾਈ ਗਈ ਸੀ ਕਾਰਨ ਕੇਵਲ ਇਹ ਸੀ ਕਿ ਬਲੈਕ ਮਨੀ ਦੇ ਥਰੂ ਪੋਲਿਟিক্যাল ਪਾਰਟੀਆਂ ਨੂੰ ਜਿਹੜਾ ਚੰਦਾ ਜਾਂਦਾ ਉਹ ਚੰਦੇ ਦਾ ਪਤਾ ਨਹੀਂ ਲੱਗਦਾ ਤੇ ਬਹੁਤ ਸਾਰਾ ਪੈਸਾ ਕਾਲੇ ਧੰਦੇ ਰੂਪ ਦੇ ਵਿੱਚ ਪੋਲਿਟিক্যাল ਪਾਰਟੀਆਂ ਇਸਤੇਮਾਲ ਕਰਦੀਆਂ ਨੇ ਮਕਸਦ ਇਹ ਸੀ ਕਿ ਇਸ ਨੂੰ ਪਾਰਦਰਸ਼ੀ ਬਣਾਇਆ ਜਾਵੇ ਤੇ ਇਸ ਕਰਕੇ ਉਹਨਾਂ ਨੇ ਜਾਂ ਉਸ ਸਮੇਂ ਦੇ ਦੌਰਾਨ ਹੀ ਇਹ ਸਕੀਮ ਆਈ ਸੀ ਤੇ ਇਹ ਜਿਹੜੇ ਮੌਜੂਦਾ ਵਕੀਲ ਨੇ ਅਦੀਤ ਸੀ ਅਗਰਵਾਲ ਇਹ ਕਹਿੰਦੇ ਨੇ ਸੁਪਰੀਮ ਕੋਰਟ ਨੂੰ ਤੁਸੀਂ ਇੱਕ ਤਰ੍ਹਾਂ ਕਹੋ ਕਿ ਜਿਹੜਾ ਉਹਨਾਂ ਨੇ ਡਿਸੀਜਨ ਲਿੱਤਾ ਜਾਂ ਫੈਸਲਾ ਕੀਤਾ ਇਸ ਉੱਤੇ ਸਾਰੀ ਜਾਣਕਾਰੀ ਜਨਤਕ ਕਰਨ ਲਈ ਇਹ ਫੈਸਲਾ ਠੀਕ ਨਹੀਂ ਆ ਬਲਕਿ ਤੁਸੀਂ ਇਸ ਨੂੰ ਰਿਵਿਊ ਕਰੋ ਕੰਸਲਟ ਕਰੋ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਜੇ ਕੋਈ ਕੰਸਲਟੈਂਸੀ ਦੇ ਸਕਦਾ ਜੇ ਉਹਨਾਂ ਨੂੰ ਕੋਈ ਸਲਾਹ ਦੇ ਸਕਦਾ ਜਾਂ ਤਾਂ ਉਹ ਕੈਬਨਿਟ ਦੇ ਸਕਦੀ ਆ ਤੇ ਜਾਂ ਉਹਨਾਂ ਨੂੰ ਕੋਈ ਸਲਾਹ ਦੇ ਸਕਦਾ ਤੇ ਸੁਪਰੀਮ ਕੋਰਟ ਦੇ ਸਕਦਾ ਪਰ ਜੇ ਉਹ ਰਿਵਿਊ ਕਰਨਾ ਚਾਹੁੰਦੇ ਆ ਯਾਨੀ ਕਿ ਭਾਰਤ ਦੇ ਰਾਸ਼ਟਰਪਤੀ ਜੇ ਰਿਵਿਊ ਕਰਨਾ ਚਾਹੁੰਦੇ ਆ ਸੁਪਰੀਮ ਕੋਰਟ ਦੇ ਕਿਸੇ ਡਿਸੀਜਨ ਨੂੰ ਤੇ ਇਹ ਸੁਪਰੀਮ ਕੋਰਟ ਦੇ ਉੱਤੇ ਨਿਰਪਰ ਕਰਦਾ ਕਿ ਉਹ ਚਾਹੁੰਦੇ ਆ ਕਿ ਨਹੀਂ ਚਾਹੁੰਦੇ ਉਹਨਾਂ ਨੂੰ ਕੰਸਲਟ ਕਰਨ ਦੇਣਾ ਚਾਹੁੰਦੇ ਆ ਇਹ ਸਾਰੀ ਦੀ ਸਾਰੀ ਡਿਸਕ੍ਰੀਸ਼ਨ ਕੇਵਲ ਤੇ ਕੇਵਲ ਸੁਪਰੀਮ ਕੋਰਟ ਕੋਲ ਆ ਇਹ ਤਾਂ ਹੋ ਗਈ ਇਹਦੀ ਤਕਨੀਕੀ ਗੱਲ ਪਰ ਇਹ ਜਿਹੜੀ ਚਿੱਠੀ ਲਿਖੀ ਗਈ ਆ ਇਹ ਕਿਉਂ ਲਿਖੀ ਗਈ ਆ ਗੱਲ ਦਰਸਲ ਇਹ ਆ ਚਿੱਠੀ ਇਸ ਕਰਕੇ ਲਿਖੀ ਗਈ ਆ ਔਰ ਮੈਂ ਅਦੀਸ਼ ਸੀ ਅਗਰਵਾਲ ਦੀ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਇਹ ਸੀਨੀਅਰ ਅ ਲਾਇਰ ਤਾਂ ਹੈ ਪਰ ਇਹਨਾਂ ਦੇ ਸਬੰਧ ਆਰਐਸਐਸ ਦੇ ਨਾਲ ਰਾਸ਼ਟਰੀ ਸਵੈਮ ਸੇਵਕ ਸੰਗ ਦੇ ਨਾਲ ਬੜੇ ਗੂੜੇ ਆ ਔਰ ਇਸੇ ਤਰ੍ਹਾਂ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਨਜ਼ਦੀਕੀ ਹੋਣ ਕਰਕੇ ਉਹਨਾਂ ਦੀ ਕਈ ਮਾਮਲਿਆਂ ਦੇ ਵਿੱਚ ਹਮਾਇਤ ਵੀ ਕਰਦੇ ਨੇ ਉਹਨਾਂ ਦੀ ਇੱਕ ਤਰ੍ਹਾਂ ਮਦਦ ਵੀ ਕਰਦੇ ਨੇ ਇਹ ਇਹਨਾਂ ਦਾ ਬੈਕਗ੍ਰਾਉਂਡ ਆ ਕਿਸੇ ਦਿਨ ਮੈਂ ਤੁਹਾਨੂੰ ਇਹਨਾਂ ਦਾ ਸਾਰਾ ਪ੍ਰੋਫਾਈਲ ਦੱਸੂਗਾ ਪਰ ਸਾਨੂੰ ਜਿਹੜੀ ਗੱਲ ਮੇਨ ਆ ਜਿਸ ਗੱਲ ਦੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਇਹ ਪਤਾ ਹੋਣਾ ਚਾਹੀਦਾ ਕਿ ਇਹ ਐਪਲੀਕੇਸ਼ਨ ਕਿਉਂ ਪਾਈ ਗਈ ਕਿਉਂਕਿ ਮੈਂ ਤੁਹਾਨੂੰ ਸਬੰਧ ਦੱਸਦਾ ਨੇੜਤਾ ਇਹਨਾਂ ਦੀ ਦੱਸਦੀ ਤੇ ਕੀ ਕਿਤੇ ਭਾਰਤ ਸਰਕਾਰ ਇਹਨਾਂ ਦੇ ਥਰੂ ਜਾਂ ਇਹਨਾਂ ਦੇ ਜ਼ਰੀਏ ਇਹ ਜਾਣਕਾਰੀ ਆਖਰੀ ਕੋਸ਼ਿਸ਼ ਦੇ ਅਨੁਸਾਰ ਇਸ ਜਾਣਕਾਰੀ ਨੂੰ ਤੁਹਾਡੇ ਤੋਂ ਲੁਕੋ ਕੇ ਤਾਂ ਨਹੀਂ ਰੱਖਣਾ ਚਾਹੁੰਦੀ ਸੁਪਰੀਮ ਕੋਰਟ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਗਿਆ ਸੀ ਉਹਨਾਂ ਨੇ 30 ਜੂਨ ਤੱਕ ਦੀ ਮੂਲਤ ਮੰਗੀ ਸੀ ਪਰ ਸੁਪਰੀਮ ਕੋਰਟ ਨੇ ਮੂਲਤ ਦੇਣ ਤੋਂ ਇਨਕਾਰ ਕਰਤਾ ਸੀ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇੱਥੋਂ ਤੱਕ ਕਹਿਤਾ ਸੀ ਕਿ ਜੇ ਤੁਸੀਂ ਇਹ ਹੁਣ ਜਾਣਕਾਰੀ ਨਾ ਦਿੱਤੀ ਤੇ ਅਸੀਂ ਇਸ ਨੂੰ ਵਿਲਫੁਲ ਡਿਸਅਬੀਡੀਅੰਸ ਆਫ ਦਾ ਕੋਰਟ ਮੰਨਾਂਗੇ ਯਾਨੀ ਕਿ ਇਸ ਅਦਾਲਤ ਦੀ ਜਾਂ ਸੁਪਰੀਮ ਕੋਰਟ ਦੀ ਹੁਕਮ ਅਦੁੱਲੀ ਮੰਨਾਂਗੇ ਸੋ ਇਸ ਕਰਕੇ ਤੁਹਾਨੂੰ ਇਹ ਜਾਣਕਾਰੀ ਦੇਣੀ ਪਊਗੀ ਸੋ ਇਹ ਆਖਰੀ ਲੱਗਦਾ ਜਿਵੇਂ ਪੈਂਤਰਾ ਖੇਡਿਆ ਜਾ ਰਿਹਾ ਕਿ ਜਾਣਕਾਰੀ ਨਾ ਦਿੱਤੀ ਜਾਵੇ ਪਰ ਜਿਹੜੀ ਅਗਲੀ ਗੱਲ ਮੈਂ ਤੁਹਾਨੂੰ ਦੱਸਣੀ ਆ ਉਹ ਇਸ ਤੋਂ ਵੀ ਅਹਿਮ ਆ ਜਦੋਂ ਅਦੀਤ ਸੀ ਅਗਰਵਾਲ ਜਿਹੜੇ ਸੁਪਰੀਮ ਕੋਰਟ ਬਾਰ ਅਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ ਅੱਜ ਇਹਦੀ ਐਗਜ਼ੀਕਟਿਵ ਕਮੇਟੀ ਆ ਉਸ ਨੇ ਇੱਕ ਹੋਰ ਚਿੱਠੀ ਕੱਢੀ ਆ ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਇਹ ਫੈਸਲਾ ਕੀਤਾ ਜਾਂ ਜੋ ਇਹ ਚਿੱਠੀ ਲਿਖੀ ਗਈ ਆ ਭਾਰਤ ਦੇ ਪ੍ਰੈਜ਼ੀਡੈਂਟ ਨੂੰ ਦਰੋਪਦੀ ਮੁਰਮੂ ਨੂੰ ਇਹਦੇ ਵਿੱਚ ਨਾ ਤਾਂ ਸਾਡੀ ਸਹਿਮਤੀ ਆ ਤੇ ਨਾ ਇਹਨਾਂ ਦੇ ਵਿਚਾਰਾਂ ਦੇ ਨਾਲ ਅਸਹਿਮਤੀ ਆ ਕਹਿਣ ਦਾ ਭਾਵ ਆ ਕਿ ਜਿਹੜੀ ਐਗਜ਼ੀਕਟਿਵ ਕਮੇਟੀ ਆ ਸਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਦੀ ਉਹ ਆਪਣੇ ਪ੍ਰੈਜ਼ੀਡੈਂਟ ਦੇ ਫੈਸਲੇ ਤੋਂ ਜਾਂ ਜਿਸ ਤਰ੍ਹਾਂ ਉਹਨਾਂ ਨੇ ਆਪ ਮੁਹਾਰੇ ਹੋ ਕੇ ਚਿੱਠੀ ਲਿਖੀ ਆ ਉਸ ਦੇ ਨਾਲ ਬਿਲਕੁਲ ਸਹਿਮਤ ਨਹੀਂ ਆ ਬਲਕਿ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਜਿਹੜੀ ਇਹ ਚਿੱਠੀ ਲਿਖੀ ਆ ਇਸ ਨਾਲ ਤਾਂ ਸੁਪਰੀਮ ਕੋਰਟ ਦੀ ਜਿਹੜੀ ਅਥਾਰਟੀ ਆ ਜਿਹੜੀ ਪਾਵਰ ਆ ਉਸ ਨਾਲ ਘਟੂਗੀ ਉਹਨਾਂ ਦਾ ਰਤਬਾ ਘਟੂਗਾ ਜੇ ਤੁਸੀਂ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖੋਗੇ ਸੋ ਉਹਨਾਂ ਨੇ ਬਲਕਿ ਇਸ ਚਿੱਠੀ ਦੀ ਜੋ ਇਹਨਾਂ ਦੇ ਪ੍ਰੈਜ਼ੀਡੈਂਟ ਨੇ ਲਿਖਿਆ ਉਸ ਦੀ ਨਿਖੇਧੀ ਵੀ ਕੀਤੀ ਆ ਔਰ ਉਹਨਾਂ ਨੇ ਤੁਰੰਤ ਪ੍ਰਭਾਵ ਦੇ ਨਾਲ ਕਿਹਾ ਕਿ ਅਸੀਂ ਇਸ ਦਾ ਹਿੱਸਾ ਨਹੀਂ ਆ ਸੋ ਗੱਲ ਹੁਣ ਹੋਰ ਵੀ ਅੱਗੇ ਵੱਧ ਗਈ ਆ ਜਦੋਂ ਸੁਪਰੀਮ ਕੋਰਟ ਦੀ ਬਾਹਰ ਐਸੋਸੀਏਸ਼ਨ ਦੇ ਵਿੱਚ ਇਸ ਤਰ੍ਹਾਂ ਦੇ ਵਿਤਕ੍ਰੇ ਪੈਦਾ ਹੋ ਜਾਣ ਔਰ ਆਪਣੇ ਪ੍ਰੈਜ਼ੀਡੈਂਟ ਦੇ ਨਾਲ ਹੋ ਜਾਣ ਤੇ ਫਿਰ ਤੁਸੀਂ ਸਮਝ ਸਕਦੇ ਹੋ ਕਿ ਇਹ ਮਾਮਲਾ ਕਿੰਨਾ ਸੰਜੀਦਗੀ ਵਾਲਾ ਕਿੰਨਾ ਸੀਰੀਅਸ ਆ ਹੁਣ ਤੁਸੀਂ ਦੇਖੋ ਕਿ ਇਹਨਾਂ ਨੇ ਇਹ ਤਾਂ ਕਰ ਲਿਆ ਪਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹਣਾ ਸਿਪਰੀਮ ਕੋਰਟ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਨੇ ਜਾਣਕਾਰੀ ਤਾਂ ਮੁਹਈਆ ਕਰਵਾਤੀ ਆ ਔਰ ਇੱਥੇ ਮੈਂ ਤੁਹਾਨੂੰ ਇਹ ਦੱਸਦਾ ਕਿ 22000 217 ਇਲੈਕਟੋਰਲ ਬਾਂਡਸ ਆ ਜਿਹੜੇ ਪਿਛਲੇ ਲਗਭਗ 5 ਸਾਲਾਂ ਦੇ ਦੌਰਾਨ ਤੁਸੀਂ ਕਹਿ ਸਕਦੇ ਹੋ 12 ਅਪ੍ਰੈਲ ਸਨ 2019 ਤੋਂ ਲੈ ਕੇ 15 ਫਰਵਰੀ ਸਨ 2024 ਤੱਕ ਇਹ ਜਿੰਨੇ 2227 ਬਲਕਿ 217 ਇਲੈਕਟੋਰਲ ਬਾਂਡਸ ਨੇ ਇਹ ਇਸੇ ਸਮੇਂ ਦੌਰਾਨ ਦੇ ਦਿੱਤੇ ਗਏ ਆ ਹੁਣ ਆਪਾਂ ਨੂੰ ਇਹ ਲੱਗਦਾ ਹੋਊਗਾ ਕਿ ਸ਼ਾਇਦ ਇਹ ਸਾਰੀ ਜਾਣਕਾਰੀ ਸਾਡੇ ਕੋਲ ਆਜੂਗੀ ਪਰ ਮੈਨੂੰ ਲੱਗਦਾ ਇਹ ਜਾਣਕਾਰੀ ਇਸ ਕਰਕੇ ਨਹੀਂ ਆਉਣੀ ਕਿਉਂਕਿ ਇਲੈਕਟੋਰਲ ਬਾਂਡਸ ਇਹਨਾਂ ਨੂੰ ਜਦੋਂ ਖਰੀਦੀਦਾ ਤੇ ਫਿਰ ਪਾਰਟੀਆਂ ਇਹਨਾਂ ਨੂੰ ਕੈਸ਼ ਕਰਾਉਂਦੀਆਂ ਨੇ ਇਹਨਾਂ ਇਲੈਕਟੋਰਲ ਬਾਂਡਸ ਤੇ ਇੱਕ ਨੰਬਰ ਹੁੰਦਾ ਸੀਕ੍ਰੇਟ ਨੰਬਰ ਕਹਿ ਲਓ ਜਾਂ ਇਹ ਕਹਿ ਲਓ ਯੂਨੀਕ ਅਲਫਾਨਮੈਰਿਕ ਕੋਡ ਹੁੰਦਾ ਇਹਨਾਂ ਦਾ ਇਹ ਯੂਨੀਕ ਹੁੰਦਾ ਔਰ ਕੇਵਲ ਤੇ ਕੇਵਲ ਇੱਕ ਖਾਸ ਰੋਸ਼ਨੀ ਦੇ ਵਿੱਚ ਲਾਈਟ ਦੇ ਵਿੱਚ ਜਾਂ আলਟਰਾ ਵਾਇਓਲੇਟ ਲਾਈਟ ਦੇ ਵਿੱਚ ਇਹਨੂੰ ਦੇਖਿਆ ਜਾ ਸਕਦਾ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਸੀ ਤਾਂ ਕਿ ਪਤਾ ਨਾ ਲੱਗੇ ਦੇਖੋ ਆਪਾਂ ট্রান্সਪੇਰੈਂਸੀ ਦੀ ਗੱਲ ਕਰਦੇ ਆ ਪਾਰਦਰਸ਼ਤਾ ਦੀ ਗੱਲ ਕਰਦੇ ਪਰ ਇੱਥੇ ਤਾਂ ਕੁਸ਼ਾ ਇਹ ਹੋ ਰਹੀ ਐ ਸੀ ਕਿਸੇ ਦਾ ਪਤਾ ਹੀ ਨਹੀਂ ਲੱਗੇ ਕਿਹਨੇ ਕਿਹਨੂੰ ਕਿੰਨਾ ਪੈਸਾ ਦੇਤਾ ਸੋ ਜਿੰਨੀ ਦੇਰ ਤੱਕ ਇਹ ਜਿਹੜੇ ਕੋਡਸ ਨੇ ਜਿਹੜੇ ਕਿ ਯੂਨੀਕ ਅਲਫਾਨੂਮੈਰਿਕ ਕੋਡ ਆ ਕਿਸੇ ਵੀ ਇਲੈਕਟੋਰਲ ਬਾਂਡ ਦਾ ਉਹ ਸਾਨੂੰ ਪਤਾ ਨਹੀਂ ਲੱਗੂਗਾ ਓਨੀ ਦੇਰ ਤੱਕ ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਕਿਸ ਕੰਪਨੀ ਨੇ ਕਿਸ ਇੰਡੀਵਿਜੂਅਲ ਨੇ ਕਿਸ ਵਪਾਰੀ ਨੇ ਕਿਸ ਪੋਲੀਟੀਕਲ ਪਾਰਟੀ ਨੂੰ ਕਿੰਨਾ ਪੈਸਾ ਦੇਤਾ ਕਿਉਂਕਿ ਉੱਥੇ ਇਹਨਾਂ ਨੂੰ ਰਜਿਸਟਰ ਨਹੀਂ ਕੀਤਾ ਜਾਂਦਾ ਸੋ ਇਹ ਵੀ ਜਾਣਕਾਰੀ ਸਟੇਟ ਬੈਂਕ ਆਫ ਇੰਡੀਆ ਨੂੰ ਸੁਪਰੀਮ ਕੋਰਟ ਦੇ ਵਿੱਚ ਦੇਣੀ ਪੈਣੀ ਆ ਤਾਂ ਹੀ ਸਾਨੂੰ ਪਤਾ ਲੱਗੂਗਾ ਕਿ ਕਿਸ ਵਿਅਕਤੀ ਨੇ ਜਾਂ ਕਿਸ ਕੰਪਨੀ ਨੇ ਕਿੰਨਾ ਪੈਸਾ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਦਿੱਤਾ ਹੁਣ ਤੁਸੀਂ ਦੇਖੋ ਇੱਕ ਹੋਰ ਬੜੀ ਵੱਡੀ ਕੋਸ਼ਿਸ਼ ਹੋਈ ਸੀ ਉਹ ਕੋਸ਼ਿਸ਼ ਹੋਈ ਸੀ ਸੁਪਰੀਮ ਕੋਰਟ ਦੇ ਵਿੱਚ ਜਦੋਂ ਕਿ ਭਾਰਤ ਸਰਕਾਰ ਨੂੰ ਰਿਪਰੈਜ਼ੈਂਟ ਕਰ ਸਕਦੇ ਸੀ ਇਹਨਾਂ ਦੀ ਨੁਮਾਇੰਦੀ ਕਰ ਸਕਦੇ ਸੀ ਪੈਰ ਵੀ ਕਰ ਸਕਦੇ ਸੀ ਸੌਲਿਸਿਟਰ ਜਨਰਲ ਵੀ ਹੈ ਗਿਆ ਤੇ ਅਟਾਰਨੀ ਜਨਰਲ ਵੀ ਹੈ ਗਿਆ ਅਰ ਇਸ ਦੇ ਬਾਵਜੂਦ ਵੀ ਭਾਰਤ ਸਰਕਾਰ ਨੇ ਇੱਕ ਬਹੁਤ ਮਹਿੰਗਾ ਵਕੀਲ ਵੱਡਾ ਵਕੀਲ ਹਾਇਰ ਕੀਤਾ ਸੀ ਨਾਮ ਸੀ ਹਰੀਸ਼ ਸਾਲਵੇ ਹਰੀਸ਼ ਸਾਲਵੇ ਦੀ ਜੇ ਤੁਸੀਂ ਫੀਸ ਦੇਖੋ ਇੱਕ ਕੱਲੀ ਇੱਕ ਸੁਣਵਾਈ ਦੀ ਜਾਂ ਇੱਕ ਪੇਸ਼ੀ ਦੀ ਉਹ 12 ਲੱਖ ਤੋਂ ਲੈ ਕੇ 14 ਲੱਖ ਰੁਪਇਆ ਕੀ ਲੋੜ ਪੈ ਗਈ ਭਾਰਤ ਸਰਕਾਰ ਨੂੰ ਇੰਨਾ ਮਹਿੰਗਾ ਵਕੀਲ ਹਾਇਰ ਕਰਨ ਦੀ ਇਥੋਂ ਪਤਾ ਲੱਗਦਾ ਕਿ ਜੇ ਇਹਨਾਂ ਮਹਿੰਗਾ ਵਕੀਲ ਹਾਇਰ ਕਰਕੇ ਜਿਹੜਾ ਇੱਕ ਇੱਕ ਪੇਸ਼ੀ ਦਾ ਲੱਖਾਂ ਰੁਪਇਆ ਲੈਂਦਾ ਤੇ ਉਸ ਤੋਂ ਬਾਅਦ ਉਹਨੂੰ ਇਹ ਕਿਹਾ ਜਾ ਕੇ ਕਿ ਤੂੰ ਪੈਰਵੀ ਕਰ ਸਟੇਟ ਬੈਂਕ ਆਫ ਇੰਡੀਆ ਦੀ ਔਰ ਪੈਰਵੀ ਇਹ ਕਰ ਕਿ ਅਸੀਂ ਇਹ ਜਨਤਕ ਨਹੀਂ ਕਰ ਸਕਦੇ ਬਲਕਿ ਜੇ ਜਨਤਕ ਅਸੀਂ ਕਰਾਂਗੇ ਤੇ 30 ਜੂਨ ਤੱਕ ਕਰਾਂਗੇ ਸਾਨੂੰ ਸਮਾਂ ਦੋ ਇਹ ਤਾਂ ਵੱਖਰੀ ਗੱਲ ਆ ਕਿ ਸੁਪਰੀਮ ਕੋਰਟ ਨੇ ਸਮਾਂ ਨਹੀਂ ਦਿੱਤਾ ਸੋ ਇਥੋਂ ਤੱਕ ਕੋਸ਼ਿਸ਼ਾਂ ਹੋ ਰਹੀਆਂ ਨੇ ਸੋ ਇਸੇ ਕਰਕੇ ਸ਼ੱਕ ਸ਼ੂਬੇ ਬਹੁਤ ਆ ਏ ਸਾਨੂੰ ਪਤਾ ਲੱਗ ਗਿਆ ਕਿ ਜਾਣਕਾਰੀ ਸੁਪਰੀਮ ਕੋਰਟ ਤੱਕ ਪਹੁੰਚ ਗਈ ਆ ਪਰ ਕੀ ਪੂਰੀ ਜਾਣਕਾਰੀ ਪਹੁੰਚੀ ਆ ਔਰ ਕਿਉਂ ਭਾਰਤ ਦੀ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਚਾਹੁੰਦੀ ਕਿ ਆਮ ਜਨਤਾ ਨੂੰ ਪਤਾ ਲੱਗੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਿ ਕਿਸ ਪਾਰਟੀ ਨੇ ਕਿਸ ਵਿਅਕਤੀ ਨੇ ਕਿਸ ਇੰਡੀਵਿਜੂਅਲ ਨੇ ਕਿਸ ਕੰਪਨੀ ਨੇ ਕਿੰਨਾ ਪੈਸਾ ਕਿਸ ਪਾਰਟੀ ਨੂੰ ਦਿੱਤਾ ਹੁਣ ਤੁਸੀਂ ਇੱਥੇ ਇੱਕ ਹੋਰ ਖੇਡ ਵੀ ਦੇਖੋ ਤੁਹਾਨੂੰ ਇਹ ਵੀ ਪਤਾ ਕਿ ਇਹ ਪੈਸਾ ਕਿਤੇ ਬਾਹਰੋਂ ਵੀ ਆਇਆ ਹੋ ਸਕਦਾ ਇਹ ਬਲੈਕ ਮਨੀ ਵੀ ਹੋ ਸਕਦਾ ਕਾਲਾ ਧਨ ਵੀ ਹੋ ਸਕਦਾ منی ਲਾਂਡਰਿੰਗ ਵੀ ਹੋ ਸਕਦੀ ਹੈ ਇਹਦੇ ਵਿੱਚੋਂ ਕਿਸੇ ਟਾਈਮ ਇਸ ਉੱਤੇ ਬੜੇ ਖਤਸ਼ੇ ਪੈਦਾ ਕੀਤੇ ਗਏ ਸੀ ਫਾਈਨੈਂਸ ਸੈਕਟਰੀ ਸੀ ਜਿਹੜੇ ਪੁਰਾਣੇ ਉਹਨਾਂ ਨੇ ਇਹੀ ਖਤਸ਼ਾ ਜ਼ਾਹਿਰ ਕੀਤਾ ਸੀ ਕਿ ਇਸ ਸਕੀਮ ਦੇ ਨਾਲ ਜੋ ਸਕੀਮ ਇੰਟਰੋਡਿਊਸ ਕੀਤੀ ਗਈ ਸੀ ਸੰਨ 2018-19 ਦੇ ਵਿੱਚ منی ਲਾਂਡਰਿੰਗ ਵੀ ਹੋ ਸਕਦੀ ਹੈ ਹੁਣ ਤੁਸੀਂ ਇਹ ਦੱਸੋ ਕਿ ਕੀ ਇਹ ਪੈਸਾ ਅਮਰੀਕਾ ਤੋਂ ਆਇਆ ਕੀ ਇਹ ਪੈਸਾ ਚੀਨ ਤੋਂ ਆਇਆ ਕੀ ਇਹ ਪੈਸਾ ਸ਼ੈੱਲ ਕੰਪਨੀਆਂ ਦਾ ਜਿਹੜੀਆਂ ਕੰਪਨੀਆਂ ਹੈ ਹੀ ਨਹੀਂ ਉਹਨਾਂ ਕੰਪਨੀਆਂ ਨੂੰ ਵਰਤ ਕੇ ਇੱਥੇ ਪੈਸਾ ਲਿਆਂਦਾ ਗਿਆ ਜਿੰਨੀ ਦੇਰ ਤੱਕ ਪਾਰਦਰਸ਼ਤਾ ਨਹੀਂ ਹੋਊਗੀ ਜਿੰਨੀ ਦੇਰ ਤੱਕ ਇਹ ਸਾਰਾ ਕੁਝ ਖੁੱਲ ਕੇ ਲੋਕਾਂ ਦੇ ਸਾਹਮਣੇ ਨਹੀਂ ਆਊਗਾ ਸਾਨੂੰ ਕਿਵੇਂ ਪਤਾ ਲੱਗੂਗਾ ਔਰ ਵੈਸੇ ਵੀ ਸਾਡਾ ਸੰਵਿਧਾਨ ਸੰਵਿਧਾਨ ਇਹ ਕਹਿੰਦਾ ਕਿ ਲੋਕਾਂ ਨੂੰ ਪੂਰਾ ਅਧਿਕਾਰ ਆ ਜਾਣਨ ਦਾ ਕਿ ਉਹਨਾਂ ਦੀਆਂ ਪਾਰਟੀ ਦੀਆਂ ਜਾਂ ਉਹਨਾਂ ਦੇ ਉਮੀਦਵਾਰਾਂ ਦੀ ਫੰਡਿੰਗ ਕੌਣ ਕਰ ਰਿਹਾ ਕੌਣ ਉਹਨਾਂ ਨੂੰ ਪੈਸਾ ਦੇ ਕੇ ਇਹ ਸਾਰੀਆਂ ਚੋਣਾਂ ਲੜਵਾ ਰਿਹਾ ਘਟੋ ਘਟ ਪਤਾ ਤਾਂ ਲੱਗਣਾ ਚਾਹੀਦਾ ਹੀ ਹੈ ਜਿਵੇਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਕਿ ਕੈਟ ਇਜ਼ ਆਊਟ ਆਫ ਦ ਬੈਗ ਬਿੱਲੀ ਤਾਂ ਥੈਲੇ ਤੋਂ ਬਾਹਰ ਆ ਗਈ ਆ ਪਰ ਥੈਲੇ ਤੋਂ ਬਾਹਰ ਆਉਣ ਤੋਂ ਬਾਅਦ ਇਸ ਬਾਰੇ ਪੂਰਨ ਜਾਣਕਾਰੀ ਸਾਨੂੰ ਮਿਲੇਗੀ ਇਸ ਤੇ ਮੈਨੂੰ ਲੱਗਦਾ ਹਜੇ ਵੀ ਕਈ ਤਰ੍ਹਾਂ ਦੇ ਸੰਦੇਹ ਨੇ ਕਈ ਤਰ੍ਹਾਂ ਦੇ ਡਾਊਟਸ ਨੇ ਆਖਿਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਪ੍ਰੇਮ ਸਿੰਘ ਚੰਦੂ ਮਾਦਰਾ ਉਹ ਬੋਲੇ ਔਰ ਬੋਲੇ ਉਸ ਮੁੱਦੇ ਤੇ ਜਿੱਥੇ ਪੂਰੀ ਦੀ ਪੂਰੀ ਵਿਧਾਨ ਸਭਾ ਦੇ ਵਿੱਚ ਸਾਰੀ ਆਪੋਜੀਸ਼ਨ ਚੁੱਪ ਬੈਠੀ ਰਹੀ ਮੈਂ ਚਾਹੇ ਕਾਂਗਰਸ ਦੀ ਗੱਲ ਕਰ ਰਾ ਉਹਨਾਂ ਦੇ 18 ਵਿਧਾਇਕ ਨੇ ਚਾਹੇ ਮੈਂ ਕਰਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੀ ਗੱਲ ਉਹਨਾਂ ਦੇ 3 ਵਿਧਾਇਕ ਨੇ ਬਹੁਜਨ ਸਮਾਜ ਪਾਰਟੀ ਦਾ ਇੱਕ ਵਿਧਾਇਕ ਆ ਤੇ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਵੀ 2 ਵਿਧਾਇਕ ਨੇ ਜਦੋਂ ਸੱਤਾਧਾਰੀ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਉਠਾਇਆ ਖਾਸ ਤੌਰ ਤੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਕਹਿੰਦੇ ਸਾਨੂੰ ਪੋਸਤ ਦੀ ਖੇਤੀ ਕਰਨੀ ਚਾਹੀਦੀ ਆ ਸਾਨੂੰ ਡੋਡੀ ਬੀਜਣੇ ਚਾਹੀਦੇ ਆ ਤੇ ਉਸ ਵਕਤ ਇਹ ਮਸਲਾ ਆਇਆ ਸੀ ਕਿ ਕੀ ਇਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਐਕਸਪੋਰਟਸ ਦੀ ਕਿਸੇ ਤਰ੍ਹਾਂ ਦੀ ਕੋਈ ਸਲਾਹ ਲਈ ਹੈ ਕੋਈ ਸਲਾਹ مشورہ ਕਿਸੇ ਐਕਸਪੋਰਟ ਤੋਂ ਲਿੱਤਾ ਖੈਰ ਇਹ ਮਾਮਲਾ ਉੱਥੇ ਉੱਠ ਗਿਆ ਔਰ ਇਹਨਾਂ ਦਾ ਤਰਕ ਇਹਦੇ ਵਿੱਚ ਇਹੀ ਸੀ ਕਿ ਜੇ ਅਸੀਂ ਪੋਸਤ ਲਾਵਾਂਗੇ ਤੇ ਇਹਨੂੰ ਪੀਣ ਦੇ ਨਾਲ ਜਿਹੜੇ ਨਸ਼ਾ ਕਰਨ ਵਾਲੇ ਆ ਘਟੋ ਘਟ ਉਹ ਆਪਣੀ ਜਾਨ ਨਹੀਂ ਗਵਣਗੇ ਇਸੇ ਤਰ੍ਹਾਂ ਕੁਲਵੰਤ ਸਿੰਘ ਬਾਜ਼ੀਗਰ ਇਹ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਇਹ ਦੋਨੇ ਆਮ ਆਦਮੀ ਪਾਰਟੀ ਦੇ ਹੀ ਐਮਐਲਏ ਆ ਇਹਨਾਂ ਨੇ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਕਹਿੰਦੇ ਸਿੰਥੈਟਿਕ ਨਸ਼ਿਆਂ ਨੂੰ ਆਪਾਂ ਇਸੇ ਤਰ੍ਹਾਂ ਖਤਮ ਕਰ ਸਕਦੇ ਆ ਤੇ ਹੁਣ ਪਹਿਲੀ ਵਾਰੀ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਇਹ ਗੱਲ ਕਹੀ ਹੈ ਕਿ ਇਹ ਗੱਲ ਬਿਲਕੁਲ ਨਿੰਦਣਯੋਗ ਆ ਬਲਕਿ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਆ ਆਲੋਚਨਾ ਕਰਦੇ ਆ ਮੰਦ ਭਾਗੀ ਗੱਲ ਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੋਸਟ ਦੀ ਖੇਤੀ ਨੂੰ ਲੈ ਕੇ ਗੱਲ ਕਰਨੀ ਔਰ ਦੂਸਰੀ ਗੱਲ ਤੁਸੀਂ ਦੇਖੋ ਜਿਹੜੇ ਸੂਬੇ ਇਸ ਦੀ ਖੇਤੀ ਕਰਦੇ ਵੀ ਆ ਮੰਨ ਲਓ ਇੱਥੇ ਖੇਤੀ ਹੁੰਦੀ ਵੀ ਆ 112000 ਕਿਸਾਨ ਜਿਨ੍ਹਾਂ ਨੇ ਲਾਇਸੈਂਸ ਲਿੱਤੇ ਹੋਏ ਆ ਇਸ ਖੇਤੀ ਨੂੰ ਕਰਨ ਦੇ ਤੇ ਉਹ ਖੇਤੀ ਕਰ ਰਹੇ ਆ ਪਰ ਇਸ ਦਾ ਸਾਰੇ ਦਾ ਸਾਰਾ ਜਿਹੜਾ ਇਸਤੇਮਾਲ ਆ ਉਹ ਹੋ ਰਿਹਾ ਦਵਾਈਆਂ ਬਣਾਉਣ ਦੇ ਇਹ ਨਹੀਂ ਆ ਕਿ ਇਹ ਤਾਂ ਉਗਾਈ ਜਾ ਰਿਹਾ ਜਾਂ ਇਹਨਾਂ ਦੀ ਖੇਤੀ ਇਸ ਕਰਕੇ ਹੋ ਰਹੀ ਆ ਕਿ ਜਿਹੜੇ ਨਸ਼ੇ ਕਰਨ ਵਾਲੇ ਆ ਉਹਨਾਂ ਨੂੰ ਮੁਹੱਈਆ ਕਰਵਾ ਦਿੱਤੀ ਜਾਵੇ ਜੇ ਕੋਈ ਪੋਸਟ ਬੀਜ ਦਾ ਫੀਮੇਜ ਦਾ ਤੇ ਇਹਦੀ ਸਾਰੀ ਮੈਡੀਸਨਲ ਵੈਲਿਊ ਆ ਨਾ ਕਿ ਇਸ ਕਰਕੇ ਕੋਈ ਨਸ਼ਿਆਂ ਨੂੰ ਇੱਧਰ ਪਾਸੇ ਲਾਇਆ ਜਾ ਸਕੇ ਜਿਹੜੇ ਨਸ਼ੇ ਕਰਨ ਵਾਲੇ ਆ ਖਾਸ ਤੌਰ ਤੇ ਜਿਹੜੇ ਸਿੰਥੈਟਿਕ ਡਰੱਗਸ ਲੈਂਦੇ ਆ ਉਹਨਾਂ ਨੂੰ ਇਸ ਪਾਸੇ ਧੱਕ ਦਿੱਤਾ ਜਾਵੇ ਇਸ ਗੱਲ ਦੀ ਵੀ ਕੋਈ ਸਟੱਡੀ ਚਾਹੀਦੀ ਆ ਖੈਰ ਚੰਗੀ ਗੱਲ ਆ ਕਿ ਗੁਰਮੀਤ ਸਿੰਘ ਖੁੱਡੀਆਂ ਇਹ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕਾਫੀ ਸੁਲਝੇ ਹੋਏ ਨੇ ਇਹਨਾਂ ਨੇ ਇਹ ਗੱਲ ਜ਼ਰੂਰ ਕਹੀ ਕਿ ਸਾਨੂੰ ਇਸ ਗੱਲ ਦੀ ਕੋਈ ਸੰਭਾਵਨਾ ਤਾਂ ਨਹੀਂ ਲੱਗਦੀ ਹਾਲਾਂਕਿ ਇਹ ਮਾਮਲਾ ਪੰਜਾਬ ਵਿਧਾਨ ਸਭਾ ਵਿੱਚ ਉੱਠਿਆ ਜ਼ਰੂਰ ਆ ਪਰ ਅਸੀਂ ਦੇਖਾਂਗੇ ਵਿਚਾਰ ਕਰਾਂਗੇ ਫੇਰ ਹੀ ਇਸ ਉੱਤੇ ਕੋਈ ਗੱਲ ਕਰਾਂਗੇ ਵੈਸੇ ਮੇਰੀ ਕਈ ਆਮ ਆਦਮੀ ਪਾਰਟੀ ਦੇ ਐਮਐਲਏਜ਼ ਨਾਲ ਗੱਲ ਹੋਈ ਉਹਨਾਂ ਦੇ ਨਾਲ ਜਿਹਨੂੰ ਅਸੀਂ ਆਫ ਦੀ ਰੈਕਡ ਕਹਿੰਦੇ ਆ ਕਿਉਂਕਿ ਔਨ ਰੈਕਡ ਜਾਂ ਇਹ ਕਹਿ ਲਓ ਕਿ ਆ ਕੇ ਸਿੱਧੀ ਗੱਲ ਤਾਂ ਕਰਦੇ ਨਹੀਂ ਪਰ ਇਹਨਾਂ ਨੇ ਇਹ ਗੱਲ ਜ਼ਰੂਰ ਕਰੀ ਆ ਕਿ ਪਾਰਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਆਮ ਸਹਿਮਤੀ ਇਸ ਉੱਤੇ ਬਣੀ ਨਹੀਂ ਆ। ਕੇਵਲ 2-3 ਐਮਐਲਏ ਆ ਜਿਸ ਤਰ੍ਹਾਂ ਮੈਂ ਦੱਸਿਆ ਹਰਮੀਤ ਸਿੰਘ ਪਠਾਨ ਮਾਜਰਾ ਜਾਂ ਕੁਲਵੰਤ ਸਿੰਘ ਬਾਜ਼ੀਗੜੀ ਆ ਕੇਵਲ ਇਹੀ ਬੋਲੇ ਆ ਕਹਿੰਦੇ ਹੋਰ ਕਿਸੇ ਦਾ ਇਸ ਦੇ ਵਿੱਚ ਕੋਈ ਰੋਲ ਨਹੀਂ ਆ। ਸੋ ਲੱਗਦਾ ਨਹੀਂ ਹੈ ਕਿ ਇਹ ਮਾਮਲਾ ਸਿਰੇ ਚੜੂ। ਚੰਗੀ ਗੱਲ ਆ ਜਦੋਂ ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਸੀਨੀਅਰ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਮੁੱਦਿਆਂ ਦੇ ਖਿਲਾਫ ਬੋਲਦੇ ਨੇ ਘੱਟੋ-ਘੱਟ ਇਹਨਾਂ ਨੂੰ ਇਹ ਵੀ ਚਾਹੀਦਾ ਕਿ ਆਪਣੇ ਵਿਧਾਇਕਾਂ ਨੂੰ ਵੀ ਸਿਖਾ ਕੇ ਭੇਜਿਆ ਕਰਨ ਇਹ ਵਿਧਾਨ ਸਭਾ ਦੇ ਅੰਦਰ ਵੀ ਬੋਲਣ ਤਾਂ ਕਿ ਇਹਨਾਂ ਦੀਆਂ ਗੱਲਾਂ ਔਨ ਰੈਕਡ ਜਾਣ ਸ਼੍ਰੋਮਣੀ ਅਕਾਲੀ ਦਲ ਇਸ ਟਾਈਮ ਪੂਰਾ ਸਰਗਰਮ ਆ ਆਪਣੀ ਯਾਤਰਾ ਦਾ ਦੂਸਰਾ ਪੜਾ ਜਾਂ ਕਹਿ ਲੋ ਕਿਉਂਕਿ ਇਹਨਾਂ ਨੇ ਯਾਤਰਾ ਰੋਕਤੀ ਸੀ ਕਿਸਾਨਾਂ ਦਾ ਅੰਦੋਲਨ ਆ ਗਿਆ ਸੀ ਉਸ ਤੋਂ ਬਾਅਦ ਇਹਨਾਂ ਨੂੰ ਲੱਗਾ ਕਿ ਕਿਸਾਨਾਂ ਦਾ ਅੰਦੋਲਨ ਕਰਕੇ ਹੋ ਸਕਦਾ ਸਾਡੀ ਯਾਤਰਾ ਨੂੰ ਉਹਨਾਂ ਹੰਗਾਰਾ ਨਾਲ ਮਿਲੇ ਸ਼ਾਇਦ ਇਸ ਕਰਕੇ ਵੀ ਰੋਕਤੀ ਸੀ ਪਰ ਧਿਆਨ ਇਹਨਾਂ ਦਾ ਇੱਧਰ ਚਲਾ ਗਿਆ ਸੀ ਹੁਣ ਦੁਬਾਰਾ ਯਾਤਰਾ ਤਾਂ ਸ਼ੁਰੂ ਕਰਤੀ ਹੈ ਪਰ ਇੱਕ ਹੋਰ ਮੁਹਿਮ ਇਹਨਾਂ ਨੇ ਸ਼ੁਰੂ ਕੀਤੀ ਆ ਕਿ ਜਿਨਨੇ ਲੀਡਰਜ਼ ਪੁਰਾਣੇ ਦਿਨਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨਾਲ ਰੁੱਸ ਕੇ ਗਏ ਆ ਉਹਨਾਂ ਨੂੰ ਮਨਾਉਣ ਦਾ ਕੰਮ ਔਰ ਕੱਲ ਯਾਨੀ ਕਿ 14 ਮਾਰਚ ਨੂੰ ਦਿਨ ਵੀਰਵਾਰ ਨੂੰ ਇਹ ਪਹੁੰਚ ਰਹੇ ਨੇ ਬੇਗੋਵਾਲ ਬੇਗੋਵਾਲ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਆ ਪੁਲੱਥ ਦੇ ਬਿਲਕੁਲ ਨੇੜੇ ਆ ਪੁਲੱਥ ਵੀ ਇੱਕ ਕੌਨਸਟਿਟੂਐਂਸੀ ਆ ਜਿੱਥੋਂ ਸੁਖਪਾਲ ਸਿੰਘ ਖਹਿਰਾ ਐਮਐਲਏ ਨੇ ਉਥੇ ਬੀਬੀ ਜਗੀਰ ਕੌਰ ਦਾ ਅਕਸਰ ਕਿਹਾ ਜਾਂਦਾ ਕਿ ਉਹ 베ਗੋ ਵਾਲਾ ਔਰ ਉਥੇ ਇੱਕ ਡੇਰਾ ਜਿੱਥੇ ਪ੍ਰੇਮ ਸਿੰਘ ਸੰਤ ਪ੍ਰੇਮ ਸਿੰਘ ਮੁਰਾਰੇ ਵਾਲੇ ਉਥੋਂ ਦੇ ਸੰਤ ਨੇ ਉਹਨਾਂ ਦਾ ਇੱਕ ਗੁਰਦੁਆਰਾ ਬਣਿਆ ਹੋਇਆ ਉਹਨਾਂ ਦੀ ਯਾਦ ਦੇ ਵਿੱਚ ਕਹਿੰਦੇ ਉਥੇ ਸੁਖਬੀਰ ਸਿੰਘ ਬਾਦਲ ਪਹੁੰਚ ਕੇ ਬੀਬੀ ਜਗੀਰ ਕੌਰ ਦੀ ਘਰ ਵਾਪਸੀ ਕਰਨਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਪ੍ਰਧਾਨ ਰਹੇ ਨੇ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਦੋਂ ਇਹਨਾਂ ਦੇ ਡਿਫਰੈਂਸਸ ਹੋਏ ਸੀ ਆਪਸੀ ਮਤਭੇਦ ਹੋਏ ਸੀ ਇਸੇ ਕਰਕੇ ਹੋਏ ਸੀ ਕਿ ਬੀਬੀ ਜ਼ਗੀਰਕੌਰ ਲੜਨਾ ਚਾਹੁੰਦੇ ਸੀ ਐਸਜੀਪੀਸੀ ਦੀ ਇਲੈਕਸ਼ਨ ਬਤੌਰ ਪ੍ਰਧਾਨ ਪਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਇਹਨਾਂ ਦੀ ਪਾਰਟੀ ਲਗਭਗ ਇਸ ਗੱਲ ਤੇ ਸਹਿਮਤ ਸੀ ਕਿ ਹਰਜਿੰਦਰ ਸਿੰਘ ਧਾਮੀ ਨੂੰ ਦੁਬਾਰਾ ਫੇਰ ਇੱਕ ਵਾਰੀ ਮੌਕਾ ਦਿੱਤਾ ਜਾਵੇ ਤੇ ਇਹਨਾਂ ਕਰਕੇ ਜਾਂ ਇਹਨਾਂ ਸਾਰੀਆਂ ਗੱਲਾਂ ਕਰਕੇ ਇਹਨਾਂ ਦੇ ਵਿੱਚ ਮਤਭੇਦ ਪੈਦਾ ਹੋ ਗਏ ਸੀ ਤੇ ਲਗਭਗ ਮਨ ਬਣ ਵੀ ਗਿਆ ਬਲਕਿ ਮੇਰੀ ਬੀਬੀ ਜਗੀਰ ਕੌਰ ਨਾਲ ਗੱਲ ਵੀ ਹੋਈ ਸੀ ਤੇ ਉਹਨਾਂ ਨੇ ਬਿਲਕੁਲ ਤਿਆਰੀ ਕਰ ਰੱਖੀ ਆ ਕਹਿੰਦੇ ਚੰਦ ਗੱਲਾਂ ਸੀ ਮੈਂ ਬਸ ਇੰਡੀਪੈਂਡੈਂਟਲੀ ਕੰਮ ਕਰਨਾ ਚਾਹੁੰਦੀ ਆ ਪਾਰਟੀ ਦੇ ਹਿੱਤ ਵਿੱਚ ਕੰਮ ਕਰੂੰਗੀ ਨਾ ਕਿ ਕਿਸੇ ਇੱਕ ਪਰਿਵਾਰ ਦੇ ਮੈਂਬਰ ਦੇ ਹੱਕ ਦੇ ਵਿੱਚ ਇਹ ਗੱਲ ਉਹਨਾਂ ਨੇ ਬਿਲਕੁਲ ਸਪਸ਼ਟ ਕੀਤੀ ਆ ਕਹਿੰਦੇ ਅਸੀਂ ਪਾਰਟੀ ਦੇ ਹੱਕ ਦੇ ਵਿੱਚ ਖੜੇ ਆਂ ਔਰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸ਼੍ਰੋਮਣੀ ਅਕਾਲੀ ਦਲ 100 ਵਰਿਆਂ ਤੋਂ ਵੀ ਪੁਰਾਣੀ ਪਾਰਟੀ ਆ ਬੜੀਆਂ ਕੁਰਬਾਨੀਆਂ ਨੇ ਇਸ ਪਾਰਟੀ ਦੀਆਂ ਔਰ ਬੀਬੀ ਜਗੀਰ ਕੌਰ ਦਾ ਇਹ ਵੀ ਕਹਿਣਾ ਸੀ ਕਿ ਖੇਤਰੀ ਪਾਰਟੀ ਆ ਪੰਜਾਬ ਦੀ ਇੱਕ ਆਪਣੀ ਪਾਰਟੀ ਹੋਣੀ ਬਹੁਤ ਲਾਜ਼ਮੀ ਆ ਪਰ ਜਿਹੜਾ ਮੇਨ ਮੁੱਦਾ ਹੋਣਾ ਜਿਹੜੀ ਇਹਨਾਂ ਦੀ ਗੱਲ ਆਉਂਦੀ ਆ ਜਾਂ ਮੁਸ਼ਕਿਲ ਪੈਦਾ ਹੁੰਦੀ ਆ ਉਹ ਇਹ ਹੁੰਦੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦਾ ਲਗਭਗ ਭਾਰਤੀ ਜਨਤਾ ਪਾਰਟੀ ਦੇ ਨਾਲ ਗਠਜੋੜ ਤੈਅ ਹੋ ਗਿਆ ਸੀ ਐਲਾਨ ਹੋਣਾ ਬਾਕੀ ਸੀ ਅਚਾਨਕ ਕਿਸਾਨਾਂ ਦਾ ਅੰਦੋਲਨ ਆ ਜਾਂਦਾ ਹੁਣ ਦੋ ਚੀਜ਼ਾਂ ਨੇ ਦੇਖੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਆ ਉਹ ਆਉਂਦਾ ਦੋ ਤਬਕਿਆਂ ਤੋਂ ਖਾਸ ਤੌਰ ਤੇ ਕਿਸਾਨਾਂ ਤੋਂ ਤੇ ਦੂਸਰਾ ਆਉਂਦਾ ਪੰਥ ਤੋਂ ਇਸ ਟਾਈਮ ਇਹਨਾਂ ਨੂੰ ਦੋਨਾਂ ਦੀਆਂ ਵੋਟਾਂ ਲੈਣੀਆਂ ਔਖੀਆਂ ਹੋਈਆਂ ਪਈਆਂ ਨੇ ਕਿਉਂਕਿ ਪੰਥ ਇਹਨਾਂ ਦੇ ਨਾਲ ਇਸ ਕਰਕੇ ਨਾਰਾਜ਼ ਆ ਬੇਦਬੀ ਦੇ ਜਦੋਂ ਕੇਸ ਹੁੰਦੇ ਨੇ ਸਨ 2015 ਦੇ ਵਿੱਚ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਹੀ ਸਰਕਾਰ ਸੀ ਔਰ ਉਸ ਤੋਂ ਬਾਅਦ ਵੀ ਇਹ 2 ਸਾਲ ਸੱਤਾ ਦੇ ਵਿੱਚ ਰਹੇ ਕਿਉਂ ਨਹੀਂ ਇਹਨਾਂ ਨੇ ਫੜ ਕੇ ਦੋਸ਼ੀਆਂ ਨੂੰ ਅੰਦਰ ਕੀਤਾ ਕਿਉਂ ਨਹੀਂ ਉਹਨਾਂ ਲੋਕਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਵਾਈਆਂ ਇਸ ਲਈ ਪੰਥ ਇਹਨਾਂ ਨਾਲ ਹਮੇਸ਼ਾ ਨਰਾਜ਼ਾ ਤੇ ਇਹਨਾਂ ਨੂੰ ਇਹ ਵੀ ਲੱਗਦਾ ਲੋਕਾਂ ਨੂੰ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਤਾਕਤਾਂ ਨੂੰ ਢਿੱਲ ਦਿੱਤੀ ਯਾ ਉਹਨਾਂ ਨੂੰ ਸਖਤੀ ਦੇ ਨਾਲ ਨਹੀਂ ਨਿਪਟਿਆ ਇਸੇ ਕਰਕੇ ਬੇਅਦਬੀ ਦੇ ਜਿਹੜੇ ਲੋਕ ਸੀ ਜ਼ਿੰਮੇਵਾਰ ਸੀ ਇਸ ਲਈ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲ ਸਕਦੀਆਂ ਇੱਕ ਗੱਲ ਤਾਂ ਇਹ ਆ ਦੂਸਰੀ ਗੱਲ ਆਉਂਦੀ ਹੈ ਕਿਸਾਨਾਂ ਦੀ ਤੁਹਾਨੂੰ ਇਹ ਯਾਦ ਹੋਣਾ ਕਿ ਜਦੋਂ ਖੇਤੀ ਦੇ ਤਿੰਨ ਬਿੱਲ ਆਏ ਸੀ ਸ਼ੁਰੂਆਤੀ ਦੌਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਰਡੀਨੈਂਸ ਆਇਆ ਸੀ ਬਾਅਦ ਦੇ ਵਿੱਚ ਉਹ ਬਿੱਲ ਦੇ ਰੂਪ ਦੇ ਵਿੱਚ ਆਏ ਤੇ ਉਸ ਤੋਂ ਬਾਅਦ ਇਹਨਾਂ ਨੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਔਰ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਮੌਜੂਦ ਸੀ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਸੀ ਹਰਸਿਮਰਤ ਕੌਰ ਬਾਦਲ ਇਹਨਾਂ ਤਿੰਨਾਂ ਲੀਡਰਸ ਨੇ ਇਹਨਾਂ ਬਿੱਲਾਂ ਦੀ ਜਾਂ ਆਰਡੀਨੈਂਸ ਦੀ ਪ੍ਰਾਡਤਾ ਕੀਤੀ ਸੀ ਕਹਿੰਦੇ ਇਹ ਤਾਂ ਕਿਸਾਨਾਂ ਲਈ ਹੈ ਹੀ ਬਹੁਤ ਵਧੀਆ ਇਹ ਤਾਂ ਬਾਅਦ ਤੁਸੀਂ ਸੋਚੋ ਯਾਦ ਕਰੋ ਜਦੋਂ ਇਹਨਾਂ ਨੂੰ ਪਤਾ ਇਹ ਲੱਗਣ ਲੱਗ ਗਿਆ ਜਾਂ ਇਹਨਾਂ ਨੂੰ ਸੁਹ ਔਣ ਲੱਗੀ ਕਿ ਸਾਡੇ ਤੋਂ ਕਿਸਾਨ ਬਹੁਤ ਨਾਰਾਜ਼ ਨੇ ਔਰ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਵੋਟ ਬੈਂਕ ਆ ਉਹ ਸਾਡੇ ਤੋਂ ਖੁੱਸ ਜਾਣਾ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਸਮਰਥਨ ਵਾਪਸ ਲਿਆ ਸੀ ਔਰ ਇਹ ਵੀ ਯਾਦ ਕਰੋ ਕਿ ਉਦੋਂ ਹਜੇ ਵੀ ਜਦੋਂ ਸਮਰਥਨ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਕੈਬਨਿਟ ਦੇ ਵਿੱਚ ਹੀ ਸੀ ਫੇਰ ਦਬਾਅ ਫੇਰ ਦੁਬਾਰਾ ਪਿਆ ਕਹਿੰਦੇ ਕੈਬਨਿਟ ਚੋਂ ਵੀ ਬਾਹਰ ਆਓ ਤੇ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਦੀ ਆਪਣੀ ਸੀਟ ਵੀ ਛੱਡਣੀ ਪਈ ਸੀ ਆਪਣਾ ਮੰਤਰੀ ਦਾ ਅਹੁਦਾ ਵੀ ਛੱਡਣਾ ਪਿਆ ਸੀ ਉਸ ਤੋਂ ਬਾਅਦ ਸਾਰਾ ਕੁਝ ਚੱਲ ਰਿਹਾ ਤੇ ਹੁਣ ਫੇਰ ਕਿਸਾਨਾਂ ਦਾ ਅੰਦੋਲਨ ਆ ਗਿਆ ਕਹਿਣ ਦਾ ਭਾਵ ਆ ਕਿ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਜਾਓਗੇ ਤੇ ਤੁਹਾਨੂੰ ਇਹ ਦੇਖਣਾ ਪਊਗਾ ਕਿ ਕਿਉਂਕਿ ਨਾ ਤਾਂ ਪੰਥ ਦੇ ਮੁੱਦੇ ਸੁਲਝੇ ਨੇ ਕਿਸੇ ਨੂੰ ਸਜ਼ਾਵਾਂ ਮਿਲੀਆਂ ਨੇ ਜਿਨ੍ਹਾਂ ਨੇ ਬੇਅਦਬੀ ਕੀਤੀ ਤੇ ਉਹ ਪੰਧ ਤੁਹਾਡੇ ਨਾਲ ਅੱਜ ਵੀ ਕਾਫੀ ਹੱਦ ਤੱਕ ਨਾਰਾਜ਼ ਆ। ਦੂਸਰਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੁੰਦਾ ਕਿਸਾਨਾਂ ਦਾ ਔਰ ਕਿਸਾਨ ਚਾਹੁੰਦੇ ਨੇ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਨਾ ਕਰੋ ਕਿਉਂਕਿ ਕਿਸਾਨਾਂ ਦਾ ਗੁੱਸਾ ਜਾਂ ਰੋਹ ਕਹੋ ਉਹ ਨਿਰਾਸ਼ਗੀ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਬੇਹੱਦ ਦਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਜਾਂ ਇਹਨਾਂ ਦੇ ਲੀਡਰਸ ਨੇ ਜਾਂ ਇੱਥੋਂ ਤੱਕ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹਨਾਂ ਨਾਲ ਕਈ ਤਰ੍ਹਾਂ ਦਾ ਵਾਅਦੇ ਕਰਕੇ ਕਈ ਤਰ੍ਹਾਂ ਦੀਆਂ ਗਾਰੰਟੀਆਂ ਦੇ ਕੇ ਉਹਨਾਂ ਗਾਰੰਟੀਆਂ ਨੂੰ ਪੂਗਾਇਆ ਨਹੀਂ ਸੋ ਇਹ ਨਾ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰ ਲੇ ਤੇ ਫਿਰ ਦੋਨਾਂ ਪਾਰਟੀਆਂ ਦਾ ਉਹੀ ਹਾਲ ਹੋਵੇ ਜਿਹੜਾ ਕਿ ਇਸ ਟਾਈਮ ਅਕਸਰ ਪੰਜਾਬ ਦਾ ਆਮ ਵਿਅਕਤੀ ਸੋਚ ਰਿਹਾ ਉਹਨਾਂ ਨੂੰ ਲੱਗਦਾ ਕਿ ਹਜੇ ਵੀ ਲੋਕਾਂ ਦਾ ਜਾਂ ਖਾਸ ਤੌਰ ਤੇ ਕਿਸਾਨਾਂ ਦਾ ਜਾਂ ਪੰਥ ਦਾ ਗੁੱਸਾ ਇਨਾ ਦੋਨਾਂ ਪਾਰਟੀਆਂ ਦੇ ਖਿਲਾਫ ਉਸੇ ਤਰ੍ਹਾਂ ਬਰਕਰਾਰ ਆ ਸੋ ਜਿੰਨੀ ਦੇਰ ਤੱਕ ਇਹ ਗੁੱਸਾ ਠੰਡਾ ਨਹੀਂ ਕਰਦੇ ਇੱਕ ਹੋਰ ਵੀ ਸੁਝਾਅ ਆਇਆ ਸੀ ਕਿ ਜੇ ਰਾਹੁਲ ਗਾਂਧੀ ਆਪਣੀ ਪ੍ਰਧਾਨਗੀ ਛੱਡ ਸਕਦੇ ਨੇ ਤੇ ਮਲਿਕਾ ਅਰਜੁਨ ਖੜਗੇ ਨੂੰ ਅੱਗੇ ਕਰ ਸਕਦੇ ਨੇ ਤੇ ਇੱਥੇ ਵੀ ਤਾਂ ਰੌਲਾ ਇਹੀ ਆ ਸਾਰੇ ਚਾਹੁੰਦੇ ਨੇ ਕਿ ਘੱਟੋ-ਘੱਟ ਪਰਿਵਾਰ ਪਿੱਛੇ ਹੋਵੇ ਕਿਸੇ ਵੀ ਆਮ ਵਿਅਕਤੀ ਨੂੰ ਕਿਸੇ ਸੀਨੀਅਰ ਲੀਡਰ ਨੂੰ ਇਸ ਸ਼੍ਰੋਮਣੀ ਅਕਾਲੀ ਦਲ ਦੀ ਬਾਗਡੋਰ ਸੰਭਾਲੀ ਜਾਵੇ ਤੇ ਉਹਨੂੰ ਅੱਗੇ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਗੁੱਸਾ ਇਹ ਨਾ ਰਵੇ ਕਿ ਦੇਖੋ ਇਹ ਤਾਂ ਸਾਰੀ ਪਾਰਟੀ ਪਰਿਵਾਰਵਾਦ ਤੇ ਖੜੀ ਆ ਸੋ ਇਹਨਾਂ ਚੀਜ਼ਾਂ ਨੂੰ ਜਿੰਨੀ ਦੇਰ ਤੱਕ ਇਹ ਸੁਲਝਾਉਂਦੇ ਨਹੀਂ ਜਾਂ ਇਹਨਾਂ ਦਾ ਹੱਲ ਨਹੀਂ ਕਰਦੇ ਮੈਨੂੰ ਲੱਗਦਾ ਆਉਣ ਵਾਲੀਆਂ ਲੋਕ ਸਭਾ ਛੱਡੋ ਆਉਣ ਵਾਲੀਆਂ ਵਿਧਾਨ ਸਭਾ ਤੱਕ ਵੀ ਇਹਨਾਂ ਦਾ ਉਭਾਰ ਨਹੀਂ ਹੋਣਾ ਆਖਿਰਕਾਰ ਹਰਿਆਣੇ ਦੇ ਵਿੱਚ ਵੀ ਗੁਜਰਾਤ ਮਾਡਲ ਆ ਗਿਆ ਗੁਜਰਾਤ ਮਾਡਲ ਮੈਂ ਤੁਹਾਨੂੰ ਸਮਝਾਉਣਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਨੀ ਦੇਰ ਤੱਕ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਰਹੇ ਔਰ ਉਸ ਤੋਂ ਬਾਅਦ ਸਾਲ 2014 ਦੇ ਵਿੱਚ ਆ ਕੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ ਆ ਇਸ ਤੋਂ ਪਹਿਲਾਂ ਗੁਜਰਾਤ ਮਾਡਲ ਕੰਮ ਕਰਦਾ ਸੀ ਜਿਹਨੂੰ ਚਾਹੁੰਦੇ ਸੀ ਟਿਕਟ ਦਿੰਦੇ ਸੀ ਜਿਹਨੂੰ ਚਾਹੁੰਦੇ ਸੀ ਚੱਕ ਕੇ ਮੰਤਰੀ ਦਾ ਅਹੁਦਾ ਦੇ ਦਿੰਦੇ ਸੀ ਕਿਸੇ ਨੂੰ ਵੀ ਮੰਤਰੀ ਮੰਡਲ ਚੋਂ ਬਾਹਰ ਕੱਢ ਦਿੰਦੇ ਸੀ ਇੱਥੇ ਪੂਰੀ ਤਰ੍ਹਾਂ ਗੁਜਰਾਤ ਮਾਡਲ ਚੱਲਦਾ ਸੀ ਔਰ ਇਹੀ ਮਾਡਲ ਲਾਗੂ ਬਾਅਦ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਵੀ ਇਹਨਾਂ ਨੇ ਆ ਕੇ ਕਰਤਾ ਹੁਣ ਮੈਂ ਤੁਹਾਨੂੰ ਐਗਜ਼ਾਮਪਲਸ ਦਿੰਦਾ ਇਹਨਾਂ ਦਾ ਮਾਡਲ ਇਹ ਸੀ ਕਿ ਜਦੋਂ ਕੋਈ ਸਰਕਾਰ ਚੱਲ ਰਹੀ ਹੋਵੇ ਕੋਈ ਮੰਤਰੀ ਹੋਵੇ ਜਾਂ ਕੋਈ ਮੁੱਖ ਮੰਤਰੀ ਕਿਉਂ ਨਾ ਹੋਵੇ ਜੇ ਉਸਤੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਐਂਟੀ ਇਨਕੰਮਬੈਂਸੀ ਆ ਯਾਨੀ ਕਿ ਲੋਕਾਂ ਦੀ ਨਾਰਾਜ਼ਗੀ ਆ ਉਸ ਸਾਰੇ ਮੰਤਰੀ ਮੰਡਲ ਨੂੰ ਜਾਂ ਮੁੱਖ ਮੰਤਰੀ ਨੂੰ ਬਦਲ ਦੋ ਸਭ ਤੋਂ ਪਹਿਲਾਂ ਇਹਦਾ ਨਜ਼ਾਰਾ ਸਾਨੂੰ ਦੇਖਣ ਨੂੰ ਮਿਲਿਆ ਗੁਜਰਾਤ ਦੇ ਵਿੱਚ ਗੁਜਰਾਤ ਦੇ ਵਿੱਚ ਨਾ ਕੇਵਲ ਮੁੱਖ ਮੰਤਰੀ ਬਦਲ ਦਿੱਤਾ ਗਿਆ ਪੂਰੀ ਦੀ ਪੂਰੀ ਕੈਬਨਿਟ ਹੀ ਬਦਲ ਦਿੱਤੀ ਗਈ ਤਾਂ ਕਿ ਜੇ ਕੋਈ ਨਰਾਜ਼ਗੀ ਹੈ ਲੋਕਾਂ ਦੇ ਵਿੱਚ ਉਹ ਨਰਾਜ਼ਗੀ ਦੂਰ ਹੋ ਜੇ ਔਰ ਤੁਹਾਨੂੰ ਪਤਾ ਕਿ ਉੱਥੇ ਮੁੱਖ ਮੰਤਰੀ ਕਿਹੜਾ ਲਾਇਆ ਗਿਆ ਸ਼ਾਇਦ ਮੈਨੂੰ ਲੱਗਦਾ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਮੁੱਖ ਮੰਤਰੀ ਦਾ ਨਾਂ ਕੀ ਆ ਮੈਂ ਦੱਸ ਦਿੰਦਾ ਭੁਪੇਂਦਰ ਭਾਈ ਪਟੇਲ ਹੁਣ ਤੁਸੀਂ ਕਹੋਗੇ ਇਹ ਕੌਣ ਆ ਇਹ ਉੱਥੋਂ ਦੇ ਮੁੱਖ ਮੰਤਰੀ ਆ ਪਰ ਹਾਂ ਇਹ ਯਸਮੈਨਾ ਜੋ ਕੁਛ ਭਾਰਤ ਦੇ ਪ੍ਰਧਾਨ ਮੰਤਰੀ ਕਹਿਣਗੇ ਜਾਂ ਭਾਰਤ ਦੇ ਗ੍ਰਹਿ ਮੰਤਰੀ ਕਹਿਣਗੇ ਅਮਿਸ਼ਾ ਉਹੀ ਇਹ ਕੁਛ ਕਰਨਗੇ ਇਸ ਤੋਂ ਇਲਾਵਾ ਇਹਨਾਂ ਨੇ ਆਪਣਾ ਕੁਛ ਨਹੀਂ ਕਰਨਾ ਸੋ ਇਹ ਆ ਗੁਜਰਾਤ ਮਾਡਲ ਅਗਲਾ ਗੁਜਰਾਤ ਮਾਡਲ ਕਿੱਥੇ ਲਾਗੂ ਹੋਇਆ ਰਾਜਸਥਾਨ ਦੇ ਵਿੱਚ ਹਾਲਾਂਕਿ ਵਸੁੰਦਰਾ ਰਾਜੇ ਉੱਥੋਂ ਦੀ ਲੀਡਰਸ਼ਿਪ ਔਰ ਸਾਰੇ ਚਾਹੁੰਦੇ ਸੀ ਕਿ ਉਹ ਦੁਬਾਰਾ ਮੁੱਖ ਮੰਤਰੀ ਬਣੇ ਉਸ ਨੂੰ ਪਿੱਛੇ ਕਰਤਾ ਤੇ ਇੱਕ ਭਜਨ ਲਾਲ ਸ਼ਰਮਾ ਨੂੰ ਲੈ ਆਂਦਾ ਜਿਹਦੇ ਬਾਰੇ ਕਦੇ ਕਿਸੇ ਨੇ ਸੁਣਿਆ ਹੀ ਨਹੀਂ ਸੀ ਇਹ ਵੀ ਗੁਜਰਾਤ ਮਾਡਲ ਆ ਪਰ ਇਹ ਐਸਵੇਂ ਨਾ ਨਰਿੰਦਰ ਮੋਦੀ ਦੇ ਵੀ ਆ ਔਰ ਅਮਿਤ ਸ਼ਾਹ ਦੇ ਵੀ ਆ ਜੋ ਇਹ ਕਹਿਣਗੇ ਉਸੇ ਤਰ੍ਹਾਂ ਕਰਨਗੇ ਇਹਨਾਂ ਤੋਂ ਬਾਹਰ ਨਹੀਂ ਜਾਣਗੇ ਅਗਲਾ ਗੁਜਰਾਤ ਮਾਡਲ ਇਸੇ ਤਰ੍ਹਾਂ ਲਾਗੂ ਕੀਤਾ ਗਿਆ ਸੀ ਮੱਧ ਪ੍ਰਦੇਸ਼ ਦੇ ਵਿੱਚ ਮੋਨ ਯਾਦਵ ਨੂੰ ਇੱਥੇ ਮੁੱਖ ਮੰਤਰੀ ਬਣਾ ਦਿੱਤਾ ਗਿਆ ਜਿਹਦਾ ਕਿਸੇ ਨੇ ਨਾਂ ਨਹੀਂ ਸੀ ਸੁਣਿਆ ਇੱਥੋਂ ਤੱਕ ਕਿ ਸ਼ਿਵਰਾਜ ਸਿੰਘ ਚੋਹਾਨ ਵੀ ਹੈਰਾਨ ਰਹਿ ਗਏ ਸੀ ਕਿ ਇਹ ਮੁੱਖ ਮੰਤਰੀ ਕੱਢ ਕਿੱਥੋਂ ਲਿਆਂਦਾ ਪਰ ਇਹ ਹੀ ਗੁਜਰਾਤ ਮਾਡਲ ਆ ਛੱਤੀਸਗੜ੍ਹ ਦੇ ਵਿੱਚ ਵੀ ਇੱਕ ਨਾਂ ਤੁਸੀਂ ਦੇਖੋ ਤੁਸੀਂ ਸੋਚ ਕੇ ਦੇਖੋ ਕਿ ਕੀ ਤੁਹਾਨੂੰ ਉੱਥੋਂ ਦੇ ਮੁੱਖ ਮੰਤਰੀ ਬਾਰੇ ਪਤਾ ਵਿਸ਼ਨੂ ਦੇਵ ਸਾਈ ਇਹ ਵੀ ਇੱਕ ਨਵਾਂ ਵਿਅਕਤੀ ਕੱਢ ਕੇ ਲਿਆਂਦਾ ਪੋਲਿਟਿਸ਼ੀਅਨ ਸਿਆਸਤਦਾਨ ਇਹਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਕਾਰਨ ਕਿਉਂਕਿ ਇਹਦੀ ਲੋਇਲਟੀ ਘਟੋ-ਘਟ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਤੇ ਅਮਿਤ ਸ਼ਾਹ ਦੇ ਨਾਲ ਇਸ ਕਰਕੇ ਇਥੇ ਕਾਬਜ਼ ਹੋ ਗਏ ਹੁਣ ਉਹਨੇ ਹਰਿਆਣੇ ਤੇ ਹਾਲਾਂਕਿ ਮਨੋਰ ਲਾਲ ਖੱਟਰ ਨਰਿੰਦਰ ਮੋਦੀ ਦੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਬੜੇ ਖਾਸਮ ਖਾਸ ਨੇ ਔਰ ਬੜੇ ਪੁਰਾਣੇ ਜਾਣਕਾਰ ਨੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਦੋਨੇ ਆਰਐਸਐਸ ਲਈ ਕੰਮ ਕਰਦੇ ਹੁੰਦੇ ਸੀ ਦੋਨਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਇਹ ਪ੍ਰਚਾਰ ਕਰੋ ਜਾ ਕੇ ਇਹਨਾਂ ਸਟੇਟਸ ਦੇ ਵਿੱਚ ਹਰਿਆਣੇ ਦੇ ਵਿੱਚ ਹਿਮਾਚਲ ਦੇ ਵਿੱਚ ਉੱਥੇ ਜਾ ਕੇ ਲੋਕਾਂ ਦੇ ਨਾਲ ਸੰਪਰਕ ਪੈਦਾ ਕਰੋ ਔਰ ਨਰਿੰਦਰ ਮੋਦੀ ਖੁਦ ਆਪਣੇ ਇੱਕ ਭਾਸ਼ਣ ਦੇ ਵਿੱਚ ਦੱਸ ਰਹੇ ਸੀ ਹਜੇ 3 ਦਿਨ ਪਹਿਲਾਂ ਹੀ ਕਹਿੰਦੇ ਮਨੋਰ ਲਾਲ ਖੱਟਰ ਕੋਲੇ ਇੱਕ ਮੋਟਰਸਾਈਕਲ ਹੁੰਦਾ ਸੀ ਇਹ ਮੋਟਰਸਾਈਕਲ ਚਲਾਉਂਦੇ ਸੀ ਤੇ ਮੈਂ ਇਹਨਾਂ ਦੇ ਪਿੱਛੇ ਬੈੰਦਾ ਸੀ ਤੇ ਫਿਰ ਅਸੀਂ ਪੂਰਾ ਹਰਿਆਣਾ ਗਾ ਕੇ ਗੁਰਦਾਉਂ ਤੱਕ ਪਹੁੰਚ ਜਾਂਦੇ ਸੀ ਜਿਹਨੂੰ ਅੱਜਕੱਲ ਗੁਰੂਗ੍ਰਾਮ ਵੀ ਕਿਹਾ ਜਾਂਦਾ ਇਸ ਤਰ੍ਹਾਂ ਦੀ ਨੇੜਤਾ ਇਸੇ ਕਰਕੇ ਇਹਨਾਂ ਨੂੰ ਕੋਈ ਨਹੀਂ ਸੀ ਜਾਣਦਾ ਪਰ ਇਸ ਦੇ ਬਾਵਜੂਦ ਵੀ ਇਹਨਾਂ ਨੂੰ ਹਰਿਆਣੇ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ ਕਿਉਂਕਿ ਦੋਨੇ ਆਪਸ ਦੇ ਵਿੱਚ ਕਿਸੇ ਵਕਤ ਆਰਐਸਐਸ ਦੇ ਵਿੱਚ ਰਹੇ ਸੀ ਪਰ ਮੈਨੂੰ ਲੱਗਦਾ ਸਮਾਂ ਇਹ ਆ ਗਿਆ ਸੀ ਹਰਿਆਣੇ ਦੇ ਲੋਕਾਂ ਦਾ ਕਿਸਾਨਾਂ ਦਾ ਵੱਖਰੇ ਵੱਖਰੇ ਤਪਕਿਆਂ ਦਾ ਇਹਨਾਂ ਪ੍ਰਤੀ ਗੁੱਸਾ ਬਹੁਤ ਵੱਧ ਗਿਆ ਸੀ ਗੁੱਸਾ ਇੰਨਾਕ ਵੱਧ ਗਿਆ ਸੀ ਕਿਉਂਕਿ ਸਨ 2019 ਦੇ ਵਿੱਚ 10 ਸੀਟਾਂ ਲੈ ਕੇ ਗਈ ਸੀ ਭਾਰਤੀ ਜਨਤਾ ਪਾਰਟੀ ਸਾਰੀ ਦੀਆਂ ਸਾਰੀਆਂ ਲੋਕ ਸਭਾ ਦੀਆਂ ਸੀਟਾਂ ਹੁੰਜਾ ਫਿਰ ਜਿੱਤ ਪ੍ਰਾਪਤ ਕੀਤੀ ਸੀ ਪਰ ਇਸ ਵਾਰੀ ਇਹ ਸੀਟਾਂ ਆ ਨਹੀਂ ਰਹੀਆਂ ਇਸ ਕਰਕੇ ਇਹਨਾਂ ਨੂੰ ਲੱਗਾ ਕਿ ਕਿ ਆਪਣੇ ਹੀ ਬੰਦੇ ਆ ਸੋ ਉਸ ਕਾਰਨ ਕਰਕੇ ਇਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਤੇ ਨਿਆਪ ਸਿੰਘ ਸਿਆਣੀ ਨੂੰ ਲੈ ਆਂਦਾ ਨਿਆਪ ਸਿੰਘ ਸਿਆਣੀ ਤੁਸੀਂ ਸ਼ਾਇਦ ਹੋ ਸਕਦਾ ਸੁਣੇ ਨਾ ਹੋਵੇ ਵੈਸੇ ਮਨੋਰ ਲਾਲ ਖੱਟਰ ਦੇ ਕਰੀਬੀ ਵੀ ਦੱਸੇ ਜਾਂਦੇ ਆ ਔਰ ਇਹਨਾਂ ਦੇ ਮੰਤਰੀ ਮੰਡਲ ਦੇ ਵਿੱਚ ਵੀ ਸੀ ਪਰ ਜੇ ਤੁਸੀਂ ਇਹ ਦੇਖੋ ਕਿ ਇਹਨਾਂ ਦੀ ਸਿਆਸਤ ਦਾ ਕਿੰਨਾ ਕੁ ਰੁਤਬਾ ਕਿੰਨੇ ਕਿ ਮਕਬੂਲ ਨੇ ਕਿੰਨੇ ਕੁ ਮਸ਼ਹੂਰ ਨੇ ਲੋਕਾਂ ਦੇ ਵਿੱਚ ਕਿੰਨੇ ਕੁ ਹਰਮਨ ਪਿਆਰੇ ਨੇ ਇਸ ਗੱਲ ਤੋਂ ਅੰਦਾਜ਼ਾ ਲਾਓ ਇਹਨਾਂ ਦੀ ਪਤਨੀ ਆ ਸੁਮਨ ਸੈਣੀ ਅੰਬਾਲਾ ਤੋਂ ਸਨ 2022 ਦੇ ਵਿੱਚ ਪੰਚਾਇਤ ਦੀ ਇੱਕ ਚੋਣ ਲੜੀ ਸੀ ਉਹਨੇ ਔਰ ਉਸ ਚੋਣ ਨੂੰ ਜਿੱਤ ਨਾ ਸਕੀ ਭਾਜਪਾ ਦੀ ਕੈਂਡੀਡੇਟ ਸੀ ਭਾਰਤੀ ਜਨਤਾ ਪਾਰਟੀ ਦੀ ਚੌਥੇ ਨੰਬਰ ਤੇ ਰਹੀ ਸੀ ਇੱਕ ਇੰਡੀਪੈਂਡੈਂਟ ਤੋਂ ਇੱਕ ਆਜ਼ਾਦ ਉਮੀਦਵਾਰ ਤੋਂ ਹਾਰ ਗਈ ਸੀ ਸੋ ਇੱਥੇ ਇਹ ਕਹਿਣਾ ਤਾਂ ਮناسب ਨਹੀਂ ਹੋਊਗਾ ਕਿ ਇਹਨਾਂ ਦਾ ਬੜਾ ਪੂਰੇ ਹਰਿਆਣੇ ਦੇ ਵਿੱਚ ਬੜਾ ਬੋਲਬਾਲਾ ਪਰ ਹਾਂ ਭਾਰਤੀ ਜਨਤਾ ਪਾਰਟੀ ਯਾ ਕੇਂਦਰ ਸਰਕਾਰ ਯਾ ਜਿਹੜੇ ਇਹਨਾਂ ਦੇ ਮੁਖ ਲੀਡਰ ਨੇ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਉਹਨਾਂ ਦੇ ਇਹ ਪੈਰੋਕਾਰ ਨੇ ਉਹਨਾਂ ਦੇ ਖਾਸਮ ਖਾਸ ਨੇ ਇਸ ਕਰਕੇ ਇਹਨਾਂ ਨੂੰ ਲਿਆਂਦਾ ਔਰ ਇਹਨਾਂ ਨੂੰ ਲਿਆ ਕੇ ਗੁਜਰਾਤ ਮਾਡਲ ਹਰਿਆਣੇ ਦੇ ਵਿੱਚ ਵੀ ਪੂਰੀ ਤਰ੍ਹਾਂ ਐਸਟੈਬਲਿਸ਼ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਯਕੀਨ ਆ ਯਾਨੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿ ਇਹਨਾਂ ਨੂੰ ਲਿਆ ਕੇ ਹੁਣ ਅਸੀਂ 10 ਦੀਆਂ 10 ਸੀਟਾਂ ਲੈ ਜਾਾਂਗੇ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਕਿ ਹਰਿਆਣਾ ਦੇ ਵਿੱਚ ਹਵਾ ਕਿਹੜੇ ਪਾਸੇ ਨੂੰ ਚੱਲ ਰਹੀ ਹੈ ਤੇ ਸਮਾਂ ਹੋ ਗਿਆ ਅੱਜ ਦੇ ਉਹਨਾਂ ਕੁਝ ਕਮੈਂਟਸ ਨੂੰ ਲੈਣ ਦਾ ਜਿਹੜੇ ਤੁਸੀਂ ਸਾਨੂੰ ਬੀਤੇ ਕੱਲ ਦੇ ਪ੍ਰੋਗਰਾਮ ਲਈ ਭੇਜੇ ਆ ਸੁਰਿੰਦਰ ਸਿੰਘ ਨੇ ਇਹਨਾਂ ਦਾ ਕਮੈਂਟ ਆ ਇਹਨੇ ਮੈਨੂੰ ਸੰਬੋਧਨ ਕੀਤਾ ਕਹਿੰਦੇ ਅਕਾਲੀ ਦਲ ਵਿੱਚ ਕਿਰਤਿਆਂ ਦੀ ਕੋਈ ਪ੍ਰਵਾਹ ਨਹੀਂ ਇਹ ਹੁਣ ਭਾਈ ਲਾਲਵਾ ਦੀ ਨਾ ਹੋ ਕੇ ਮਲਕ ਭਾਗਵਾ ਦੀ ਪਾਰਟੀ ਆ ਭਾਜਪਾ 파ੜੇ ਤੇ ਰਾਜ ਕਰੋ ਦੀ ਨੀਤੀ ਵਿੱਚ ਵਿਸ਼ਵਾਸ ਰੱਖਦੀ ਆ ਬਿਲਕੁਲ ਤੁਹਾਡੀ ਗੱਲ ਠੀਕ ਆ ਪਾਰਟੀ ਦਾ ਇਸ ਟਾਈਮ ਜਿਹੜੀ ਰੂਪਰੇਖਾ ਇਹਦੀ ਦਸ਼ਾ ਜਾਂ ਦਿਸ਼ਾ ਵੀ ਕਹਿ ਲਓ ਲਗਭਗ ਜਿਹੜੀ ਪੁਰਾਣੀ ਹੁੰਦੀ ਸੀ ਉਹ ਨਹੀਂ ਰਹੀ ਬਹੁਤ ਸਾਰੇ ਇਸੇ ਤਰ੍ਹਾਂ ਦੇ ਵਿਅਕਤੀ ਆ ਇਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਥੋੜੇ ਸਹਿਜ ਮਹਿਸੂਸ ਨਹੀਂ ਕਰਦੇ ਬਲਕਿ ਅਸਹਿਜ ਮਹਿਸੂਸ ਕਰਦੇ ਨੇ ਕਈ ਵਾਰੀ ਉਹਨਾਂ ਨੇ ਆਪਣੇ ਸੁਝਾਅ ਵੀ ਦਿੱਤੇ ਆ ਪਰ ਉਹ ਸੁਝਾਅ ਕਿਤੇ ਲਾਗੂ ਨਹੀਂ ਹੁੰਦੇ ਸੋ ਕਾਰਨ ਇਹ ਹੀ ਆ ਕਿ ਜਿੰਨੀ ਦੇਰ ਤੱਕ ਇਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਖੁੱਲਕੇ ਨਹੀਂ ਬੋਲਦੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਜ਼ਰੂਰ ਦੱਸਦਾ ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੱਕ ਤਰ੍ਹਾਂ ਦਾ ਖਾਸ ਮਾਹੌਲ ਆ ਔਰ ਇਹ ਹਮੇਸ਼ਾ ਹੀ ਰਿਹਾ ਔਰ ਇੱਥੇ ਮੈਂ ਤੁਹਾਨੂੰ ਫੇਰ ਇੱਕ ਵਾਰੀ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਰਾਜਨੀਤੀ ਜਿਹੜੀ ਅੱਜ ਤੱਕ ਕੀਤੀ ਆ ਜਿਹਨੂੰ ਕਾਮਯਾਬ ਰਾਜਨੀਤੀ ਕਵਾਂਗੇ ਉਹ ਕੇਵਲ ਤੇ ਕੇਵਲ ਦਿੱਲੀ ਸਰਕਾਰ ਦਾ ਵਿਰੋਧ ਕਰਕੇ ਕੀਤੀ ਆ ਤੇ ਇੱਥੇ ਤਾਂ ਭਾਰਤੀ ਜਨਤਾ ਪਾਰਟੀ ਆ ਗਈ ਜਦੋਂ ਗੱਠਜੋੜ ਤੋੜ ਲਿਆ ਸੀ ਤੇ ਫਿਰ ਖੁੱਲ ਕੇ ਬੋਲਦੇ ਤੁਸੀਂ ਬੋਲਦੇ ਹੀ ਨਹੀਂ ਤੇ ਇਸੇ ਕਰਕੇ ਲੋਕਾਂ ਨੂੰ ਲੱਗਦਾ ਕਿ ਤੁਸੀਂ ਤਾਂ ਅੱਜ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਹੀ ਹੋ ਕੇਵਲ ਤੇ ਕੇਵਲ ਉੱਪਰਲਾ ਦਿਖਾਵਾ ਅਗਲਾ ਕਮੈਂਟ ਆ ਬਲਵਿੰਦਰ ਸਿੰਘ ਦਾ ਇਹ ਲਿਖਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਰਐਸਐਸ ਦਾ ਕਬਜ਼ਾ ਹੋ ਚੁੱਕਿਆ ਤੇ ਗਰੇਵਾਲ ਗਰੇਵਾਲ ਤੋਂ ਇਹਨਾਂ ਦਾ ਭਾਵਾ ਗੁਰਚਰਨ ਸਿੰਘ ਗਰੇਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿੰਦੇ ਉਹ ਤਾਂ ਸੁਖਬੀਰ ਸਿੰਘ ਬਾਦਲ ਦੀ ਹੀ ਬੋਲੀ ਬੋਲੂਗਾ ਬਿਲਕੁਲ ਤੁਹਾਡੀ ਗੱਲ ਠੀਕ ਆ ਇਹ ਬੀਤੇ ਕੱਲ ਵੀ ਅਸੀਂ ਗੱਲ ਕੀਤੀ ਸੀ ਵੈਸੇ ਇਹ ਤੁਸੀਂ ਗੱਲ ਬਿਲਕੁਲ ਠੀਕ ਕਹੀ ਆ ਕਿਉਂਕਿ ਕਈ ਐਸਟੀਪੀਸੀ ਦੇ ਮੈਂਬਰਸ ਨੇ ਕਈਆਂ ਨੇ ਮੈਨੂੰ ਖੁਦ ਇਹ ਗੱਲ ਦੱਸੀ ਆ ਕਹਿੰਦੇ ਸਾਡੇ ਵਿੱਚ ਬਹੁਤ ਇਸ ਤਰ੍ਹਾਂ ਦਾ ਆਨਸਰ ਆ ਗਿਆ ਜਿਹੜਾ ਕਿ ਆਰਐਸਐਸ ਵੱਲੋਂ ਇਸ ਸੰਸਥਾ ਦੇ ਵਿੱਚ ਭੇਜਿਆ ਗਿਆ ਤਾਂ ਕਿ ਇਸ ਸੰਸਥਾ ਦੇ ਵਿੱਚ ਆਪਣੀ ਆਈਡੀਓਲੋਜੀ ਜਾਂ ਵਿਚਾਰਧਾਰਾ ਇੰਜੈਕਟ ਕੀਤੀ ਜਾਵੇ ਜਾਂ ਪਾਈ ਜਾ ਸਕੇ ਇਸ ਤਰ੍ਹਾਂ ਦਾ ਵੀ ਕੰਮ ਚੱਲ ਰਿਹਾ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਸਫਾਈ ਵੀ ਕਰਨੀ ਪੈਣੀ ਹੈ। ਅਗਲਾ ਕਮੈਂਟ ਆ ਐਨ ਐਸ ਚਾਹਲ ਦਾ ਇਹਨਾਂ ਨੇ ਮੈਨੂੰ ਸੰਬੋਧਨ ਕੀਤਾ ਤੇ ਇਹਨਾਂ ਦਾ ਲੰਬਾ ਕਮੈਂਟ ਆ ਇਹ ਕਹਿੰਦੇ ਤੁਸੀਂ ਯਾਦ ਰੱਖਣਾ ਅਗਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਕਰਦਾ ਤਾਂ ਇਹਨਾਂ ਲਈ ਇਹ ਆਤਮ ਹੱਤਿਆ ਕਰਨ ਦੇ ਬਰਾਬਰ ਹੋਏਗਾ। ਅਗਰ ਗੱਠਜੋੜ ਹੁੰਦਾ ਤਾਂ ਭੁੱਲ ਜਾਣ ਕਿ ਸਿੱਖ ਕੌਮ ਅਤੇ ਕਿਸਾਨਾਂ ਦੀ ਵੋਟ ਇਸ ਪਾਰਟੀ ਨੂੰ ਪਏਗੀ। ਕਿਉਂਕਿ ਇਹ ਗਲਤੀ ਤੇ ਗਲਤੀ ਕਰੀ ਜਾ ਰਹੇ ਨੇ ਇਹਨਾਂ ਨੂੰ ਭਾਜਪਾ ਤੋਂ ਇਲਾਵਾ ਹੋਰ ਕੋਈ ਦਿਖਾਈ ਨਹੀਂ ਦੇ ਰਿਹਾ ਭਾਜਪਾ ਕਿਸੇ ਦੀ ਵੀ ਸਕੀ ਨਹੀਂ ਹੋ ਸਕਦੀ ਕਿਉਂਕਿ ਭਾਜਪਾ ਜਿਸ ਪਾਰਟੀ ਨਾਲ ਗੱਠਜੋੜ ਕਰਦੀ ਹੈ ਉਸ ਨੂੰ ਖਤਮ ਕਰ ਦਿੰਦੀ ਆ ਖਾਸ ਕਰਕੇ ਖੇਤਰੀ ਪਾਰਟੀਆਂ ਨੂੰ ਬਾਕੀ ਲੱਗ ਜਾਏਗਾ ਪਤਾ ਤੁਸੀਂ ਆਪ ਸਿਆਣੇ ਹੋ ਤੁਹਾਡਾ ਕਮੈਂਟ ਬਿਲਕੁਲ درستਾ ਜਾਇਜ਼ਾ ਔਰ ਮੈਨੂੰ ਲੱਗਦਾ ਇਹੀ ਜਿਹੜਾ ਇਸ ਟਾਈਮ ਸਿਆਸੀ ਸਾਰਿਆਂ ਦਾ ਲਬਲਬਾਬਾ ਜਾਂ ਲੋਕਾਂ ਨੂੰ ਕਹਿ ਸਕਦੇ ਹੋ ਕਿ ਇਸੇ ਤਰ੍ਹਾਂ ਸਾਰੇ ਸੋਚ ਵੀ ਰਹੇ ਆ ਕਿ ਜਿੱਦਨ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਜਾਂ ਉਸ ਦੀ ਗੋਚ ਚ ਬੈਠਾ ਜਾਂ ਉਹਨਾਂ ਦੇ ਨਾਲ ਇਹਨਾਂ ਦਾ ਗੱਠਜੋੜ ਹੁੰਦਾ ਉਸੇ ਦਿਨ ਇਹਨਾਂ ਤੋਂ ਬਹੁਤ ਸਾਰੇ ਇਹਨਾਂ ਦੇ ਆਪਣੀ ਹੀ ਵੋਟਰ ਜਿਹੜੇ ਆ ਉਹ ਨਾਰਾਜ਼ ਹੋ ਜਾਣਗੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਔਰ ਇਹ ਵੀ ਤੁਹਾਡੀ ਗੱਲ ਸੱਚ ਆ ਕਿ ਭਾਰਤੀ ਜਨਤਾ ਪਾਰਟੀ ਅਕਸਰ ਖੇਤਰੀ ਪਾਰਟੀਆਂ ਨੂੰ ਖਾ ਕੇ ਅੱਗੇ ਵਧੀ ਆ ਉਹਨਾਂ ਨੂੰ ਨਿਗਲ ਜਾਂਦੀ ਆ ਉਹਨਾਂ ਨੂੰ ਛੋਟਾ ਕਰ ਦਿੰਦੀ ਆ ਉਹਨਾਂ ਦਾ ਕੋਈ ਵजूद ਨਹੀਂ ਰਹਿੰਦਾ ਤੇ ਆਪ ਅੱਗੇ ਵਧੀ ਆ ਜਸਵਿੰਦਰ ਪਾਲ ਸਿੰਘ ਨੇ 3622 ਇਹਨਾਂ ਦਾ ਅਕਾਊਂਟ ਆ ਇਹ ਲਿਖਦੇ ਨੇ ਮੈਨੂੰ ਇਹਨਾਂ ਨੇ ਸਸਟੀਕਾਲ ਬੁਲਾਈ ਆ ਇਹਨਾਂ ਨੇ ਕਿਹਾ ਕਿ ਇੰਜ ਲੱਗਦਾ ਕਿ ਅਡਾਨੀ ਅੰਬਾਨੀ ਹੀ ਅਸਲ ਸਰਕਾਰ ਨੇ ਵੱਡੇ ਵੱਡੇ ਘਰਾਣੇ ਸਾਰੀਆਂ ਪਾਰਟੀਆਂ ਨੂੰ ਪੈਸੇ ਦਿੰਦੇ ਨੇ ਜਿਹਦੀ ਸਰਕਾਰ ਬਣ ਗਈ ਫਿਰ ਫੁੱਲ ਕਮਾਉਂਦੇ ਨੇ ਤੁਸੀਂ ਆਮ ਲੋਕਾਂ ਦੀ ਕੋਈ ਸਰਕਾਰ ਸਾਰ ਨਹੀਂ ਲੈਂਦੀ ਸਭ ਕੁਝ ਵੇਚ ਦਿੱਤਾ ਮੋਦੀ ਸਰਕਾਰ ਨੇ ਇਹਨਾਂ ਨੂੰ ਹੁਣ ਰਾਸ਼ਟਰ ਹੀ ਮੇਰਾ ਪਰਿਵਾਰ ਹੈ ਨਵਾਂ ਨਾਰਾ ਦਿੱਤਾ ਬਿਲਕੁਲ درستੋਂ ਲੱਗਦਾ ਤੁਸੀਂ ਪੋਲਿਟਿਕਸ ਪੂਰੀ ਤਰ੍ਹਾਂ ਫਾਲੋ ਕਰਦੇ ਹੋ ਇਹ ਕਿਹਾ ਵੀ ਜਾਂਦਾ ਕਿ ਇਸ ਟਾਈਮ ਭਾਰਤ ਨੂੰ ਜਾਂ ਤਾਂ ਗੌਤਮ ਅਡਾਨੀ ਚਲਾਉਂਦੇ ਨੇ ਤੇ ਜਾਂ ਫਿਰ ਅੰਬਾਨੀ ਚਲਾਉਂਦੇ ਨੇ ਆਮ ਲੋਕਾਂ ਦੀ ਗੱਲ ਕਿਤੇ ਜਾ ਨਹੀਂ ਰਹੀ ਇਸੇ ਕਰਕੇ ਸੁਪਰੀਮ ਕੋਰਟ ਨੇ ਜਦੋਂ ਪਹਿਲੀ ਵਾਰ ਇਹ ਕਿਹਾ ਕਿ ਸਾਰੇ ਉਹਨਾਂ ਨਾਵਾਂ ਨੂੰ ਜਨਤਕ ਕਰੋ ਜਿਨ੍ਹਾਂ ਨੇ ਪੋਲਿਟੀਕਲ ਪਾਰਟੀਆਂ ਨੂੰ ਕਰੋੜਾਂ ਰੁਪਏ ਦੇ ਵਿੱਚ ਡੋਨੇਸ਼ਨ ਦਿੱਤੀ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮੰਨਪ੍ਰੀਤ ਰੰਦਾਵਾ